ਇਹ ਕ੍ਰਿਸਟਲ ਇਹਦੇ ਰਹਿ ਜਿੱਦਾਂ ਤੁਹਾਨੂੰ ਮੈਂ ਦੱਸਿਆ ਸੀਗਾ ਸ਼ੂ ਬਣਨ ਤੋਂ ਪਹਿਲਾਂ ਤਾਂ ਆਹ ਕਲਰ ਹੁੰਦਾ ਜੀ। ਅੱਛਾ ਸ਼ੂ ਸਭ ਤੋਂ ਪਹਿਲਾਂ ਸਾਰੇ ਇਹੇ ਜਿਹੇ ਇਹ ਹੁੰਦੇ ਆ, ਸਾਰਾ ਸ਼ੂ ਬਣ ਗਿਆ ਜੀ ਜੀ। ਠੀਕ ਹੈ, ਬਣਨ ਤੋਂ ਬਾਅਦ ਇਹ ਸਾਰੇ ਇਹਦੇ ਉੱਤੇ ਕਲਰ ਪ੍ਰੋਸੈਸ ਹੁੰਦਾ ਵਾ। ਅੱਛਾ, ਜਿੱਦਾਂ ਹੁਣ ਮੈਂ ਕਰ ਰਿਹਾ ਕਿਸੇ ਕਸਟਮਰ ਦਾ ਜੀ, ਜਿੱਦਾਂ ਮੈਂ ਕਲਰ ਦੇ ਰਿਹਾ ਵਾਂ ਹੁਣ ਜੀ। ਇਹ ਪੜ੍ਹਾਈ ਵੀ ਤੁਸੀਂ ਫਿਰ ਯੂਰਪ ਤੋਂ ਕੀਤੀ? ਹਾਂ ਜੀ, ਯੂਰਪ ਤੋਂ ਕੀਤੀ ਹੈ ਜੀ, ਐਜ਼ ਐਨ ਲੈਦਰ ਟੈਕਨੀਸ਼ੀਅਨ। ਇਹ ਤੇ ਆਪਣੇ ਕੋਲ ਸਾਰਾ ਏ ਟੂ ਜ਼ੈਡ ਜਿੰਨਾ ਇੱਥੇ ਪਿਆ ਓਰੀਜਨਲ ਪਿਆ ਸਾਰਾ? ਮੇਰੇ ਕੋਲ ਓਰੀਜਨਲ ਲੈਦਰ ਪਿਆ ਹੋਇਆ ਹੈ, 24 ਕੈਰੇਟ ਲੈਦਰ ਹੈ ਮੇਰੇ ਕੋਲ। ਲੈਦਰ ਸ਼ੂਜ਼ ਹੋ ਗਏ ਜੀ ਜੀ, ਘੋੜੇ ਦੀ ਕਾਠੀ ਹੋ ਗਈ ਜੀ, ਆਪਣਾ ਉਸ ਤੋਂ ਬਾਅਦ ਲੈਦਰ ਦੇ ਵਾਲਟਸ ਆ ਗਏ, ਹਾਂ ਪਰਸ ਵਗੈਰਾ ਹੋ ਗਏ। ਉਸ ਤੋਂ ਬਾਅਦ ਲੈਦਰ ਬੈਲਟ ਆ ਗਈ, ਇਹ ਬੈਲਟ ਵੀ ਤੁਸੀਂ ਦੇਖ ਸਕਦੇ ਹੋ, ਸਪੈਸ਼ਲ ਬੈਲਟ ਹੈ ਜੀ। ਇਹ ਸਾਰਾ ਯੂਰਪ ਦਾ ਕਲਚਰ ਹੈ ਕਾਰਵਿੰਗ ਦਾ, ਇਹ ਸਾਰੀ ਹੈਂਡ ਕਾਰਵਿੰਗ ਹੈ। ਅੱਛਾ, ਹੱਥ ਨਾਲ ਬਣੇ ਹੋਏ? ਹਾਂ ਜੀ ਹਾਂ ਜੀ, ਤੁਸੀਂ ਹੈਰਾਨ ਰਹਿ ਜਾਓਗੇ, ਸਾਰੇ ਹੱਥ ਦੇ ਬਣਾਏ ਹੋਏ ਆ। ਮਤਲਬ ਲੈਦਰ ਦੀ ਇੰਨੀ ਵੈਰਾਈਟੀ ਹੈ ਇਹਨਾਂ ਕੋਲੇ, ਕਮਾਲ ਹੀ ਆ। ਓਰੀਜਨਲ ਲੈਦਰ ਤੇ ਓਰੀਜਨਲ, ਤੇ ਇਹ ਭਾਵੇਂ ਬੰਦਾ ਅੱਕ ਜਾਂਦਾ ਪਰ ਜੁੱਤੀ ਨਹੀਂ ਟੁੱਟਦੀ। ਨਹੀਂ ਟੁੱਟਦੀ ਜੀ, ਕ੍ਰਿਸਟਲ ਲੈਦਰ ਹੈ ਜੀ। ਇਹ ਸਰ ਹੈਂਡ ਪੇਂਟਡ ਸ਼ੂ ਹੈ ਜੀ। ਇਹ ਬਣਨ ਤੋਂ ਪਹਿਲਾਂ ਸ਼ੂ ਦਾ ਜਿਹੜਾ ਕਲਰ ਹੈ ਸਰ ਆਫ ਵਾਈਟ ਹੁੰਦਾ। ਅੱਛਾ ਜੀ, ਇਹ ਸਰ ਸਾਡੇ ਕ੍ਰਿਸਟ ਲੈਦਰ ਦੇ ਵਿੱਚ ਜਲਸਾਸ ਨੇ ਜੀ, ਅੱਗੇ ਸਰ ਜ਼ਰਦੋਜ਼ੀ ਦਾ ਕੰਮ ਹੋਇਆ ਹੋਇਆ। ਇਹ ਜਿਹੜਾ ਜ਼ਰਦੋਜ਼ ਹੁੰਦਾ ਅਪਰੋਕਸੀਮੇਟਲੀ 14 ਜਾਂ 15 ਸਾਲ ਦੀ ਜਿਹੜੀ ਉਮਰ ਹੁੰਦੀ ਹੈ ਬੱਚੇ ਦੀ ਜੀ, ਉਹ 15 ਸਾਲ ਦੀ ਉਮਰ ਤੋਂ ਲੈ ਕੇ 18 ਸਾਲ ਤੱਕ ਤੁਸੀਂ ਮੰਨ ਲਵੋ ਕੰਮ ਕਰਦਾ ਜੀ। ਉਸ ਤੋਂ ਬਾਅਦ ਉਹਦੇ ਜਿਹੜੇ ਬੂਟੇ ਹੁੰਦੇ ਨੇ ਉਹ ਘੱਸ ਜਾਂਦੇ ਨੇ। ਅੱਜ ਕਲਾਕਾਰ ਜਿਹੜੀ ਬਣਾਈ ਆ, ਹਾਂਜੀ, ਇਹ ਲੈਦਰ ਦੇ ਉੱਤੇ ਐਮਬਰੋਇਡਰੀ ਜਿਹੜੀ ਜ਼ਰਦੋਜ਼ ਕਰਦੇ ਨੇ। ਤੇ ਇਹਦੀ ਸਪੈਸ਼ਲਿਟੀ ਇਹ ਹੈ, ਇਹ ਨਾ ਆਰਥੋਪੈਡਿਕ ਜਿਹੜੇ ਹੁੰਦੇ ਨੇ ਨਾ ਉਹ ਯੂਜ਼ ਕਰਦੇ ਨੇ, ਜਿਹਨਾਂ ਨੂੰ ਹੱਡੀਆਂ ਗੋਡਿਆਂ ਗੱਡਿਆਂ ਜਿਹਨਾਂ ਨੂੰ ਗੋਡਿਆਂ ਦੀ ਦਰਦ ਹੁੰਦੀ ਹੈ। ਇਹ ਸ਼ੂ ਵੀ ਬਹੁਤ ਕੰਫਰਟੇਬਲ ਹੈ, ਇਹਦਾ ਤੁਸੀਂ ਇਨਸੋਲ ਦੇਖੋ। ਅੱਛਾ, ਇਹ ਵਿੱਚ ਪਾਈ ਆ ਗੁੱਦ ਜੀ ਤੁਹਾਡੀ ਹੈ ਨਾ? ਹਾਂਜੀ, ਇਹ ਸਪੈਸ਼ਲਿਟੀ ਹੈ ਜੀ ਇਹਦੀ। ਇਹ ਜੇ ਗੋਡਿਆਂ ਵਾਲੇ ਲਈ ਚੰਗੇ ਆ ਇਹ, ਬਹੁਤ ਵਧੀਆ ਰਹਿੰਦੇ ਨੇ ਜੋ ਜੀ। ਮਿਊਲਸ ਨੇ ਇਹ, ਜ਼ਿਆਦਾਤਰ ਕੁੜਤਿਆਂ ਦੇ ਨਾਲ ਕੈਰੀ ਹੁੰਦੇ ਨੇ ਜੀ। ਇਹ ਇਹ ਦੇਖਣ 'ਚ ਕਾਹਤੋਂ ਘੱਟ ਮਿਲਦੇ ਆ ਇਹ? ਇਹ ਬਹੁਤ ਰੇਅਰ ਹੈ ਜੀ ਆਪਣੇ ਇੱਥੇ। ਕੋਈ ਕੋਈ ਹੋਏਗਾ, ਕੋਈ ਟਾਵਾਂ ਟਾਵਾਂ ਬੰਦਾ ਹੋਏਗਾ ਜੇ ਆਪਣੇ ਹੋਵੇ ਵੀ ਤਾਂ ਇੱਥੇ ਪੰਜਾਬ ਵਿੱਚ ਵੇਚਣ ਵਾਲਾ, ਤਾਂ ਉਹਨੇ ਪੇਟੈਂਟ ਲੈਦਰ ਹੈ ਜੀ। ਜਿਹੜਾ ਅਸੀਂ ਪੇਟੈਂਟ ਲੈਦਰ ਯੂਜ਼ ਕਰੀਦਾ, ਇੱਕ ਹੁੰਦਾ ਵਾ ਸਿੰਥੈਟਿਕ ਜੀ, ਇਹ ਪਿਓਰ ਲੈਦਰ ਦੇ ਵਿੱਚ ਹੈ। ਸਿਰਫ 2 ਕੰਪਨੀਆਂ ਬਣਾਉਂਦੀਆਂ ਆਪਣੇ ਇੰਡੀਆ ਦੇ ਵਿੱਚ, ਇੱਕ ਟਾਟਾ ਕੰਪਨੀ ਹੈ ਜੀ, ਜਾਂ ਫਿਰ ਇਟਲੀ ਦੇ ਵਿੱਚ ਬਣਦਾ ਜੀ ਸਨੇਕ ਲੈਦਰ ਕਹਿੰਦੇ। ਲੈ ਐਂ ਆ ਵੀ ਜੇ ਰੱਖਤਾ ਤਾਂ ਜੁੱਤੀ ਚੱਕਣ ਲੱਗਿਆ 2 ਵਾਰੀ ਬੰਦਾ ਸੋਚੂਗਾ। ਕੋ ਲੇਡੀਜ਼ ਪਰਸ ਆ ਗਏ, ਇਹ ਸਾਰੀ ਪਿਓਰ ਲੈਦਰ ਦੇ ਬਣੇ ਹੋਏ ਆ। ਜਿਹੇ ਜਿਹਾ ਮਰਜ਼ੀ ਰੰਗ ਕਹੋ, ਉਹੋ ਜਿਹਾ ਰੰਗ ਬਣਾ ਦੇਣਗੇ ਸਾਰੇ ਲੈਦਰ ਦੇ ਵੀਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਸ ਵਕਤ ਮੈਂ ਜਲੰਧਰ ਦੇ ਵਿੱਚ ਹਾਂ, ਮਾਡਲ ਟਾਊਨ ਦੇ ਵਿੱਚ। ਕੈਪਸ਼ਨ ਦੇ ਸਾਹਮਣੇ ਬੈਗੋਚ ਬ੍ਰਾਂਡ ਆ ਬਾਈ ਸਿਮਨ ਅਰੋੜੇ ਦਾ। ਤੁਹਾਨੂੰ ਮੈਂ ਦੱਸਦਾ, ਲੈਦਰ ਦੀਆਂ ਬਣੀਆਂ ਹੋਈਆਂ ਓਰੀਜਨਲ ਚੀਜ਼ਾਂ ਮਿਲਦੀਆਂ ਇੱਥੇ। ਬੈਗ ਭਾਵੇਂ ਘੋੜੇ ਦੀਆਂ ਕਾਠੀਆਂ ਲੈ ਲਓ, ਬੂਟ ਲੈ ਲਓ, ਹਰ ਚੀਜ਼ ਲੈਦਰ ਦੀ, ਉਹ ਵੀ ਓਰੀਜਨਲ ਅਤੇ ਪੱਕੇ ਬਿੱਲ ਦੇ ਉੱਤੇ ਮਿਲਣੀ ਆ। ਤੁਹਾਨੂੰ ਮੈਂ ਦੱਸਦਿਆਂ, ਜਿਹੜਾ ਬਸਿਮਰ ਅਰੋੜਾ ਬਾਈ ਆ, ਯੂਰਪ ਦੇ ਵਿੱਚੋਂ ਲੈਦਰ ਟੈਕਨੀਸ਼ੀਅਨ ਦੀ ਪੜ੍ਹਾਈ ਕਰਕੇ ਆਇਆ ਵਾ, ਮਤਲਬ ਮਾਹਰ ਬੰਦਾ ਵਾ, ਆਪਦਾ ਬ੍ਰਾਂਡ ਚਲਾਇਆ ਵਾ। ਅਤੇ ਆ ਜਾਓ ਅੰਦਰ ਜਾ ਕੇ ਮੁਲਾਕਾਤ ਕਰਾਉਣਾ ਵਾ, ਸਾਰੀ ਜਾਣਕਾਰੀ ਦੇਵਾਂਗੇ। ਬਿਲਕੁਲ ਕੈਪਸ਼ਨ ਦੇ ਸਾਹਮਣੇ ਆ, ਉਹ ਸਾਹਮਣੇ ਕੈਪਸ਼ਨ ਆ ਜਾਂਦਾ ਵਾ। ਬਰਗਰ ਕਿੰਗ ਦੇ ਨਾਲ ਵਾਲੇ ਪਾਸੇ ਆ ਕੇ ਤੁਸੀਂ ਅੰਦਰ ਐਂਟਰ ਕਰ ਸਕਦੇ ਹੋ। ਆ ਜਾਓ ਅੰਦਰਲੇ ਪਾਸੇ ਸ਼ੋਰੂਮ 'ਚ ਲੈ ਕੇ ਜਾਵਾਂ, ਇੱਕ ਤੋਂ ਇੱਕ ਚੜ੍ਹਦੀ ਤੋਂ ਚੜ੍ਹਦੀ ਚੀਜ਼ ਆ। ਦਰਸ਼ਕੋ, ਆਪਣੇ ਨਾਲ ਸਿਮਰ ਅਰੋੜਾ ਜੀ ਨੇ। ਵੀਰ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਹੈ? ਚੜ੍ਹਦੀ ਕਲਾ ਜੀ ਬਾਈ ਜੀ, ਪਹਿਲਾਂ ਤਾਂ ਮੁਬਾਰਕ ਵੀ, ਵੱਡੀ ਗੱਲ ਇਹ ਆ ਕਿ ਆਪਣੇ ਪੰਜਾਬੀ ਭਰਾ ਨੇ ਜੀ ਬ੍ਰਾਂਡ ਬਣਾਇਆ ਆਪਦਾ। ਥੈਂਕ ਯੂ ਭਾਜੀ। ਇਹ ਬ੍ਰਾਂਡ ਬਣਾਉਣਾ ਵੱਡੀ ਗੱਲ ਹੁੰਦੀ ਹੈ, ਇਹ ਕਿਵੇਂ ਸੁਪਨਾ ਆਇਆ ਬਣਨਾ ਉਹ ਇੰਡੀਆ 'ਚ ਰਹਿ ਕੇ? ਦੇਖੋ ਜੀ, ਹੁਣ ਜਿੱਦਾਂ ਯੂਰਪ ਤੋਂ ਮੈਂ ਸਟੱਡੀ ਕੀਤੀ ਸੀਗੀ ਜੀ, ਅਤੇ ਮੈਂ ਨਹੀਂ ਚਾਹੁੰਦਾ ਸੀਗਾ ਕਿ ਇੰਡੀਆ ਵਿੱਚ ਰਹਿ ਕੇ ਜਾਂ ਫੋਰਨ ਵਿੱਚ ਜਾ ਕੇ ਮੈਂ ਨੌਕਰੀ ਕਰਾਂ। ਮੈਨੂੰ ਸੀਗਾ ਕਿ ਜਿਹੜੀ ਮੇਰੀ ਫੈਮਲੀ ਆ ਮੈਂ ਉਹਦਾ ਨਾਮ ਇਸਟੈਬਲਿਸ਼ ਕਰਾਂ। ਸੋ ਉਸੇ ਕਰਕੇ ਮੇਰੇ ਮਾਇੰਡ ਵਿੱਚ ਇਹ ਵਾਲਾ ਆਈਡੀਆ ਹੈ ਕਿ ਉਹਨਾਂ ਕੀ ਆਪਣਾ ਸਟੋਰ ਆਊਟਲੈਟ ਖੋਲ੍ਹ ਕੇ ਜੀ ਪ੍ਰੋਪਰ ਲੈਦਰ ਦੀ ਜਿਹੜੀ ਚੀਜ਼ਾਂ ਨੇ ਉਹ ਲੋਕਾਂ ਤੱਕ ਪਹੁੰਚਾਈਆਂ ਜਾਣ। ਇਹ ਪੜ੍ਹਾਈ ਵੀ ਤੁਸੀਂ ਫਿਰ ਯੂਰਪ ਤੋਂ ਕੀਤੀ? ਹਾਂਜੀ, ਯੂਰਪ ਤੋਂ ਕੀਤੀ ਹੈ ਜੀ, ਐਜ਼ ਐਨ ਲੈਦਰ ਟੈਕਨੀਸ਼ੀਅਨ। ਇਹ ਤਾਂ ਫਿਰ ਔਖਾ ਕਹੋ, ਇਹ ਕਿਵੇਂ ਆਈਡੀਆ ਹੈ ਵੀ ਲੈਦਰ ਦੇ ਵਿੱਚ ਹੀ ਆਪਾਂ ਵਰਕ ਕਰਨਾ? ਮੈਨੂੰ ਨਾ ਸ਼ੁਰੂ ਤੋਂ ਸ਼ੂਜ਼ ਦਾ ਬਹੁਤ ਸ਼ੌਂਕ ਸੀਗਾ, ਖਾਸ ਕਰਕੇ ਲੈਦਰ ਆਰਟੀਕਲਸ ਜੀ, ਅਤੇ ਫਿਰ ਉਹ ਬਸ ਉਹ ਚੀਜ਼ਾਂ ਮਾਇੰਡ ਦੇ ਵਿੱਚ ਰਹੀਆਂ ਮੇਰੇ। ਉਹ ਰਹਿਣ ਤੋਂ ਬਾਅਦ ਫਿਰ ਮੈਂ ਆਪਣੇ ਘਰ ਦੇ ਨਾਲ ਗੱਲ ਕੀਤੀ ਕਿ ਇੱਦਾਂ ਮੈਂ ਲੈਦਰ ਰਿਗਾਰਡਿੰਗ ਪੜ੍ਹਨਾ ਚਾਹੁੰਦਾ ਹਾਂ। ਅਤੇ ਫਿਰ ਇੱਕ ਦਿਨ ਉਦਾਂ ਹੀ ਮੈਂ ਔਨਲਾਈਨ ਨੈੱਟ ਦੇ ਉੱਤੇ ਬੈਠਾ ਸੀਗਾ ਜੀ, ਉੱਥੋਂ ਬੈਠੇ ਬੈਠੇ ਮੇਰੇ ਦਿਮਾਗ ਵਿੱਚ ਆਇਆ, ਮੈਂ ਯੂਰਪ ਦੀਆਂ ਜਿਹੜੀਆਂ ਵਧੀਆ ਯੂਨੀਵਰਸਿਟੀਆਂ ਸੀਗੀਆਂ ਜੀ ਉਹ ਮੈਂ ਸਰਚ ਕਰਨੀਆਂ ਸ਼ੁਰੂ ਕਰ ਦਿੱਤੀਆਂ ਜੀ। ਅਤੇ ਫਿਰ ਮੈਂ ਆਪਣੇ ਘਰਦਿਆਂ ਨਾਲ, ਡੈਡੀ ਹੋਣਾ ਨਾਲ ਗੱਲ ਕੀਤੀ, ਅਤੇ ਡੈਡੀ ਹੋਣੀ ਕਹਿੰਦੇ ਚਲੋ ਠੀਕ ਹੈ, ਪੜ੍ਹਨਾ ਤਾਂ ਹੈ ਹੀ ਆ ਗਾਂਹ ਤੋਂ ਗ੍ਰੈਜੂਏਸ਼ਨ ਤੋਂ ਬਾਅਦ, ਚੱਲ ਕੋਈ ਨਾ ਇਸ ਤਰ੍ਹਾਂ ਯੂਰਪ ਦਾ ਕਰਾ ਦਿੰਦੇ ਹਾਂ ਜੀ ਜੀ। ਬਸ ਇੱਕ ਮੈਂ ਦੱਸਦਾ ਗੱਲ ਵੀ, ਆਹ ਵੀ ਮੈਨੂੰ ਤਾਂ ਪਹਿਲੀ ਵਾਰੀ ਪਤਾ ਵੀ ਲੈਦਰ ਦੀ ਵੀ ਪੜ੍ਹਾਈ ਹੁੰਦੀ ਆ ਜੀ ਜੀ ਜੀ। ਨਹੀਂ ਤਾਂ ਆਮ ਤਾਂ ਸੋਚਦਾ ਸੀ ਯਾਰ ਬੜੇ ਟ੍ਰੇਨਿੰਗ ਲਓ ਤੇ ਕਹੋ ਚ ਹੋ ਜਾਂਦਾ ਜੀ। ਲੈਦਰ ਦੇ ਵਿੱਚ ਬਹੁਤ ਵੈਰਾਈਟੀਆਂ ਹੁੰਦੀਆਂ ਨੇ, ਲੈਦਰ ਵੀ ਕਈ ਤਰ੍ਹਾਂ ਦਾ ਆ। ਤੇ ਆਪਣੇ ਕੋਲ ਸਾਰਾ ਏ ਟੂ ਜ਼ੈਡ ਜਿੰਨਾ ਇੱਥੇ ਪਿਆ ਓਰੀਜਨਲ ਪਿਆ ਸਾਰਾ? ਮੇਰੇ ਕੋਲ ਓਰੀਜਨਲ ਲੈਦਰ ਪਿਆ ਹੋਇਆ, 24 ਕੈਰੇਟ ਲੈਦਰ ਆ ਮੇਰੇ ਕੋਲ। ਲੈਦਰ ਸ਼ੂਜ਼ ਹੋ ਗਏ ਜੀ,
ਇਹ ਸਾਰਾ ਯੂਰਪ ਦਾ ਕਲਚਰ ਹੈ ਕਾਰਵਿੰਗ ਦਾ, ਇਹ ਸਾਰੀ ਹੈਂਡ ਕਾਰਵਿੰਗ ਹੈ। ਅੱਛਾ, ਹੱਥ ਨਾਲ ਬਣੇ ਹੋਏ? ਹਾਂਜੀ ਹਾਂਜੀ, ਤੁਸੀਂ ਦੇਖਿਆ ਹੋਣਾ ਮਾਰਬਲ ਦੇ ਉੱਤੇ ਜੀ, ਜਿੱਦਾਂ ਥੋੜਾ ਛੇਣੀ ਨਾਲ ਉਹ ਕਾਰਵਿੰਗ ਕਰਦੇ ਨੇ, ਇਹਦੀ ਲੈਦਰ ਉੱਤੇ ਹੁੰਦੀ ਹੈ ਜੀ। ਲੈਦਰ, ਇਹ ਲੈਦਰ ਵੀ ਅਲੱਗ ਹੈ, ਨੋਰਮਲ ਲੈਦਰ ਨਹੀਂ ਹੈ, ਇਹਨੂੰ ਵੈਜੀਟੇਬਲ ਆਇਲ ਲੈਦਰ ਕਹਿੰਦੇ ਨੇ ਜੀ। ਇੱਕ ਮੈਂ ਦੱਸ ਦੇ ਵੀ ਆ, ਵੈਪਨਸ ਦੇ ਵੀ ਪਏ ਆ ਤੁਹਾਡੇ ਕੋਲ? ਹਾਂਜੀ, ਵੈਪਨ ਕਵਰਸ ਹੈਗੇ ਨੇ, ਵੈਪਨਸ ਦੇ ਕਵਰ ਵੀ ਦੱਸ ਕੋ ਆਲੇ ਕੋਲ ਹੈ, ਕੋਈ ਵੀ ਤੁਸੀਂ ਚਾਹੋ ਜਿੱਦਾਂ ਕੁਝ ਤਾਂ ਸਾਡੇ ਕੋਲ ਅਵੇਲੇਬਲ ਹੈਗੇ ਨੇ, ਬਾਕੀ ਪਸੰਦ ਦੇ ਬਣਵਾ ਸਕਦੇ, ਪਸੰਦ ਕਰਕੇ ਤੁਹਾਡੀ ਮਰਜ਼ੀ ਦਾ ਲੈਦਰ, ਤੁਹਾਡੀ ਮਰਜ਼ੀ ਦਾ ਕਲਰ, ਕੋਈ ਵੀ ਤੁਸੀਂ ਸਾਨੂੰ ਚੀਜ਼ ਦੱਸੋ ਜੀ, ਉਹ ਸਾਰੀ ਕਸਟਮਾਈਜ਼ ਕਰਕੇ ਦੇਵਾਂਗੇ ਜੀ ਪ੍ਰੋਪਰ। ਤੇ ਆਪਾਂ ਇੱਕ ਵਾਰ ਪਾਸੋਂ ਨਾ ਸ਼ੁਰੂ ਹੋ ਜਾਈਏ ਬੂ ਸ਼ੂਜ਼ ਤੋਂ, ਸ਼ੂਜ਼ ਦਿਖਾਉਣੇ ਸ਼ੁਰੂ ਕਰੀਏ ਦਰਸ਼ਕੋ, ਤੁਸੀਂ ਹੈਰਾਨ ਰਹਿ ਜਾਓਗੇ, ਸਾਰੇ ਹੱਥ ਦੇ ਬਣਾਏ ਹੋਏ ਆ, ਮਤਲਬ ਲੈਦਰ ਦੀ ਇੰਨੀ ਵਰਾਇਟੀ ਆ ਇਹਨਾਂ ਕੋਲੇ, ਕਮਾਲ ਹੀ ਆ। ਓਰੀਜਨਲ ਲੈਦਰ ਅਤੇ ਓਰੀਜਨਲ ਲੈਦਰ ਦਰਸ਼ਕੋ ਕੀਮਤੀ ਹੁੰਦਾ, ਅਤੇ ਇਹ ਭਾਵੇਂ ਬੰਦਾ ਅੱਕ ਜਾਂਦਾ ਪਰ ਜੁੱਤੀ ਨਹੀਂ ਟੁੱਟਦੀ। ਨਹੀਂ ਟੁੱਟਦੀ ਜੀ, ਜੁੱਤੀ ਨਹੀਂ ਹੈਂਡਮੇਡ ਸ਼ੂ ਨੇ। ਆਪਾਂ ਕਿਹੜੇ ਪਾਸੇ ਸ਼ੁਰੂ ਕਰੀਏ ਭਰਾ? ਹਾਂਜੀ, ਇਹ ਭਾਅ ਜੀ ਕ੍ਰਸਟ ਲੈਦਰ ਹੈ ਜੀ, ਇਹ ਸਰ ਹੈਂਡ ਪ੍ਰਿੰਟਡ ਸ਼ੂ ਹੈ ਜੀ। ਇਹ ਬਣਨ ਤੋਂ ਪਹਿਲਾਂ ਸ਼ੂ ਦਾ ਜਿਹੜਾ ਕਲਰ ਹੈ ਸਰ ਆਫ ਵਾਈਟ ਹੁੰਦਾ। ਅੱਛਾ ਜੀ, ਉਹ ਤੋਂ ਬਾਅਦ ਸਾਰਾ ਟ੍ਰੀਟਮੈਂਟ ਕਰਨ ਤੋਂ ਬਾਅਦ ਉਹਦੇ ਵੱਲ ਅਸੀਂ ਸ਼ੇਡ ਦਿੰਦੇ ਹਾਂ। ਅੱਛਾ, ਔਰ ਜਿਹੜਾ ਉੱਤੇ ਪੇਂਟ ਹੈ ਇਹ ਲੈਦਰ ਦੇ ਉੱਤੋਂ ਬਾਅਦ 'ਚ ਹੋਣਾ? ਹਾਂਜੀ, ਇਹ ਸਾਰਾ ਬਾਅਦ ਵਿੱਚ ਹੁੰਦਾ, ਸਾਰਿਆਂ ਦਾ ਟ੍ਰੀਟਮੈਂਟ ਹੁੰਦਾ, ਕਲਰਸ ਇਹਨੂੰ ਬਾਅਦ ਵਿੱਚ ਦੇਈਦੇ ਨੇ ਜੀ, ਫਿਨਿਸ਼ਿੰਗ ਸਾਰੀਆਂ ਦੀ ਬਾਅਦ 'ਚ ਹੁੰਦੀਆਂ ਨੇ। ਨੰਬਰ 2 ਉੱਤੇ ਸਪੈਸ਼ਲਾਈਜੇਸ਼ਨ ਇਹਦੀ ਇਹ ਹੈ ਜੀ, ਇਹ ਸਾਰਾ ਹੈਂਡਮੇਡ ਸ਼ੂ ਹੈ, ਇਹ ਲੈਦਰ ਨਹੀਂ ਜੀ, ਇਹ ਲੈਦਰ ਯੂਜ਼ ਕੀਤਾ ਹੋਇਆ, ਆ ਨੀਚੇ ਵੁੱਡ ਹੈ। ਅੱਛਾ, ਲੈਦਰ ਕਮ ਵੁੱਡ ਸੋਲ ਦਾ ਮਿਕਸਚਰ ਹੈ ਜੀ ਇਹ। ਇਹ ਤੁਸੀਂ ਦੇਖ ਰਹੇ ਹੋ ਸਟਿਚਿੰਗਸ ਹੋਈਆਂ ਹੋਈਆਂ ਨੇ ਜੀ ਜੀ, ਇਹ ਸਾਰੀਆਂ ਹੱਥ ਦੇ ਨਾਲ ਨੇ, ਤੁਸੀਂ ਸ਼ੂ ਪਾਓਗੇ ਇਹਦਾ ਸੋਲ ਕੁਛ ਵੀ ਨਹੀਂ ਉਖੜਨਾ। ਇਹ ਜਿਵੇਂ ਉਹ ਅੱਗੇ ਰਾਜਕੁਮਾਰ ਹੁਣਾਂ ਦੇ ਨਹੀਂ ਸੀ ਪਾ ਕੇ ਆਵਾਜ਼ ਆਉਂਦੀ ਹੁੰਦੀ ਪੁਰਾਣੀਆਂ ਫਿਲਮਾਂ 'ਚ? ਬਿਲਕੁਲ ਸਰ, ਬਿਲਕੁਲ, ਉਹ ਫੀਲ ਵਾਲਾ ਹੈ। ਹਾਂਜੀ, ਲਗਜ਼ਰੀ ਸ਼ੂ ਦੀ ਪਹਿਚਾਣ ਇਹ ਹੈ ਕਿ ਉਹਦੀ ਸੋਲ ਦੀ ਨੋਇਕ, ਜਦੋਂ ਤੱਕ ਉਹਦੀ ਨੋਇਸ ਨਹੀਂ ਆਏਗੀ, ਨੋਕ ਨਹੀਂ ਆਏਗੀ ਉਹਦੀ, ਉਦੋਂ ਤੱਕ ਤਾਂ ਪਤਾ ਨਹੀਂ ਲੱਗੇਗਾ ਉਸ ਵਰਾਇਟੀ ਕੋਈ ਅੱਛੀ ਪਾਈ ਹੋਈ ਹੈ। ਬਸ ਬਸ, ਇਹ ਮੂੰਹੋਂ ਬੋਲਣਾ ਚਾਹੀਦਾ ਜਦੋਂ ਅਗਲੇ ਨੇ ਰੁਪਈਏ ਇੰਨੇ ਲਾਉਣੇ ਆ। ਬਿਲਕੁਲ ਜੀ, ਬਿਲਕੁਲ। ਤੇ ਅੱਗੇ ਬਸ ਸਰ, ਇਹ ਵਾਲਾ ਆ ਗਿਆ ਸਾਡਾ ਆਰਟੀਕਲ। ਹਾਂ, ਇਹ ਵੀ ਸਾਰਾ ਹੈਂਡ ਪੇਂਟਡ ਹੈ। ਅੱਛਾ, ਇਹ ਕਿੰਨੇ ਦਾ ਉੱਪਰ ਆਇਆ ਸਰ? ਅਪਰੋਕਸੀਮੇਟਲੀ ਸ਼ੂ ਹੋਏਗਾ 6500 ਦਾ ਜਾਂ 6500 ਦਾ। ਹਾਂਜੀ ਜੀ, ਤੇ ਗੱਲਬਾਤ ਇਹ ਹੋਵਾਂ ਵੀ ਸਰ ਕ੍ਰਸਟ ਲੈਦਰ ਹੈ, ਇਹ ਵੀ ਬਣਨ ਤੋਂ ਪਹਿਲਾਂ ਉਦਾਂ ਹੀ ਹੁੰਦਾ ਹੈ। ਇਹਦੇ ਹੁਣ ਵਿੱਚ ਕੀ ਕੀਤਾ ਹੋਇਆ, ਪਹਿਲੇ ਸਾਰਾ ਗ੍ਰੇ ਕਲਰ ਕਰਨ ਤੋਂ ਬਾਅਦ ਜੀ ਇਹ ਸਾਰੀ ਹੈਂਡ ਟਿਪਿੰਗ ਕੀਤੀ ਹੋਈ ਹੈ ਬਲੂ ਕਲਰ ਦੀ ਅਸੀਂ। ਇਹਨੂੰ ਸ਼ੇਡ ਦਿੱਤਾ ਹੋਇਆ ਜੀ, ਇਹ ਕੋਈ ਟੈਨ ਰੀਪੇਂਟਡ ਨਹੀਂ ਗਾ, ਇਹ ਸਾਰਾ ਅਸੀਂ ਹੱਥ ਨਾਲ ਆ ਖੁਦ ਕਰੀਦਾ। ਉਸ ਤੋਂ ਬਾਅਦ ਇਹਦੇ ਵੀ ਵੁੱਡ ਸੋਲ ਹੈ ਪਿੱਛੇ, ਅੱਗੇ TPR ਦਿੱਤੀ ਹੋਈ ਆ ਜੀ ਜੀ, ਇਹ ਵੀ ਸਾਰਾ ਟੋਟਲੀ ਹੈਂਡਮੇਡ ਆ। ਇਹ ਕਿੱਥੇ ਫੈਕਟਰੀ ਆ ਆਪਣੀ? ਮੇਰੀ ਫੈਕਟਰੀ ਹੈ ਜੀ ਗੋਇੰਦਵਾਲ ਦੇ ਵਿੱਚ ਆ। ਤੇ ਫੈਕਟਰੀ ਉੱਥੇ ਆ ਤੇ ਸ਼ੋਰੂਮ ਆਪਣਾ ਜਲੰਧਰ ਚ ਆ? ਹਾਂਜੀ ਤੁਸੀਂ, ਹਾਂਜੀ ਬਿਲਕੁਲ ਜੀ ਬਿਲਕੁਲ। ਤੇ ਦਰਸ਼ਕੋ, ਇੱਕ ਵੱਡੀ ਸਾਨੂੰ ਖਾਸੀਅਤ ਗੱਲ ਇਹ ਦੱਸ ਦਿਆਂ, ਫੈਕਟਰੀ ਰੇਟ ਦੇ ਨਾਲ ਇੱਥੇ ਮਿਲਣਾ ਵਾ ਓਰੀਜਨਲ ਲੈਦਰ। ਇਹ ਨਹੀਂ ਗਾ ਕੋਈ ਚਾਈਨਾ ਵਾਲਾ ਜਾਂ ਕੋਈ ਹੋਰ ਲੱਲਾ ਭੱਬਾ ਮਸ਼ੀਨੀ ਜੋ ਵੀ ਹੈ, ਉਹ ਨਹੀਂ। ਓਰੀਜਨਲ ਲੈਦਰ ਤੁਹਾਨੂੰ ਮਹਿੰਗਾ ਜ਼ਰੂਰ ਥੋੜ੍ਹਾ ਜਿਹਾ ਹੁੰਦਾ ਵਾ, ਪਰ ਮਿਲਣਾ ਓਰੀਜਨਲ ਆ, ਉਹ ਵੀ ਫੈਕਟਰੀ ਰੇਟ ਤੇ। ਫੈਕਟਰੀ ਰੇਟ ਦੇ ਉੱਤੇ ਇਵਨ ਤੁਸੀਂ ਕਸਟਮਾਈਜ਼ ਕਰਾਓ, ਤੁਹਾਨੂੰ ਜਿੱਦਾਂ ਇਹ ਵਾਲਾ ਸ਼ੂ ਹੈ ਇਹਦੇ ਵਿੱਚ ਸਾਨੂੰ ਕੋਈ ਹੋਰ ਕਲਰ ਚਾਹੀਦਾ ਜੀ, ਤੁਸੀਂ ਚਾਹੁੰਦੇ ਮੈਂ ਬਲੈਕ ਲੈਣਾ, ਇਹਦੇ ਵਿੱਚ ਤੁਹਾਨੂੰ ਬਲੈਕ ਵੀ ਮਿਲੇਗਾ ਜੀ, ਕਲਰ ਵੀ ਤੁਹਾਡੀ ਮਰਜ਼ੀ ਦਾ, ਕਸਟਮਾਈਜੇਸ਼ਨ ਸਾਰੀ ਤੁਹਾਡੀ ਮਰਜ਼ੀ ਦੀ, ਇਵਨ ਲੈਦਰ ਵੀ ਤੁਸੀਂ ਆਪ ਸਿਲੈਕਟ ਕਰ ਸਕਦੇ ਹੋ। ਅੱਛਾ, ਇੱਥੇ ਆ ਕੇ ਡਿਜ਼ਾਈਨ ਸਿਲੈਕਟ ਕਰਾਓ, ਡਿਜ਼ਾਈਨ ਸਿਲੈਕਟ ਕਰੋ, ਲੈਦਰ ਸਿਲੈਕਟ ਕਰੋ ਤੁਸੀਂ, ਕਲਰ ਸਿਲੈਕਟ ਕਰੋ ਜੀ, ਇਵਨ ਸਾਡੇ ਕੋਲ ਸੋਲ ਦੀ ਆਪਸ਼ਨਸ ਵੀ ਹੈਗੀਆਂ ਨੇ, ਸਾਨੂੰ ਸੋਲ ਦੀ ਆਪਸ਼ਨ ਵੀ ਦਵਾਂਗੇ ਜੀ। ਗੱਲ ਵੱਡੀ ਆ ਜੀ। ਤੇ ਆਹ ਭਰਾ ਸ਼ੂ, ਆ ਵੀ ਮੈਨੂੰ ਤਾਂ ਯਾਰ ਬਹੁਤ ਘੈਂਟ ਲੱਗਿਆ, ਇਹ ਜੈਨੂਨ ਜਿਹਾ ਸਿਰ ਵਿੰਸੇ ਸ਼ੂ ਹੈ ਜੀ। ਕਿਹੜਾ ਸ਼ੂ ਕਹਿੰਦੇ ਇਹਨੂੰ? ਸਿਰ ਵਿੰਸੇ ਸ਼ੂ ਹੈ। ਅੱਛਾ ਜੀ, ਤੇ ਲੈ ਵੀ ਇਹ ਸਰ ਇੰਨਾ ਕੋ ਕੰਫਰਟੇਬਲ ਸ਼ੂ ਹੈ ਨਾ, ਇਹਨੂੰ ਪਾ ਕੇ ਚਾਹੇ ਟ੍ਰੈਡਮਿਲ ਉੱਤੇ ਦੌੜ ਲਓ। ਅੱਛਾ, ਜਿਮ 'ਚ ਜਾ ਸਕਦੇ ਆ? ਹਾਂ ਬਿਲਕੁਲ, ਸਪੋਰਟਸ ਸ਼ੂ ਨਾਲੋਂ ਜ਼ਿਆਦਾ ਕੰਫਰਟੇਬਲ ਸ਼ੂ ਹੈ ਜੀ ਇਹ ਵਾਲਾ। ਤੇ ਕਿੰਨੇ ਕਿਦਾ ਹੋਊ ਸਰ? ਅਪਰੋਕਸੀਮੇਟ 4000 ਦਾ ਜੀ। 4, ਇਹ ਰੇਟ ਠੀਕ ਆ? ਹਾਂਜੀ ਸਰ, ਬਿਲਕੁਲ ਇਹ ਰੇਟ ਠੀਕ ਆ, ਕਿਉਂਕਿ ਜਿਸ ਤਰ੍ਹਾਂ ਸ਼ੋਰੂਮਾਂ ਦੇ ਕੰਪੇਅਰ ਕਰੀਏ ਤਾਂ ਉਸ ਅਕੋਰਡਿੰਗ ਇਹ ਬਹੁਤ ਸਹੀ ਆ, ਹੱਥ ਦਾ ਬਣਿਆ ਹੋਇਆ, ਬਹੁਤ ਮਿਹਨਤ ਵਾਲਾ ਜੀ। ਤੇ ਅੱਗੇ ਬ੍ਰਦਰ? ਹਾਂਜੀ ਕੋਈ ਜੀ, ਉਹ ਤੋਂ ਬਾਅਦ ਸਰ ਇਹ ਆ ਗਿਆ ਜੀ ਆਪਣਾ, ਅਸੀਂ ਵੁਡਨ ਫਿਨਿਸ਼ ਦਿੱਤੀਆਂ ਹੋਈਆਂ ਨੇ ਇਹਨੂੰ ਜੀ, ਇਹ ਸਾਰਾ ਹੈਂਡ ਪੇਂਟਡ ਹੈ, ਕਲਾਸਿਕ ਸਟਾਈਲ, ਕਲਾਸਿਕ ਸਟਾਈਲ ਹੈ, ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਨਾ ਵੁਡਨ ਫਿਨਿਸ਼ ਹੈ ਸਾਰੀ, ਇਦਾਂ ਦਾ ਲੱਕੜ ਦਾ ਸ਼ੂ ਬਣਿਆ ਹੋਇਆ। ਸਹੀ, ਇਹ ਸਾਰਾ ਹੈਂਡ ਪੇਂਟਡ ਹੈ ਜੀ, ਇਹ ਵੀ ਹੱਥ ਦਾ ਬਣਾਇਆ ਹੋਇਆ। ਹਾਂਜੀ, ਟੋਟਲੀ ਪਿਓਰ ਕ੍ਰਸਟ ਲੈਦਰ ਹੈ ਜੀ, ਸਾਰਾ ਹੈਂਡ ਪੇਂਟਡ ਹੈ, ਵੁਡਨ ਇਹਦੇ ਵਿੱਚ ਡੀ ਦਿੱਤੀ ਹੋਈ ਹੈ, ਟੀ ਪੈਰ ਉੱਤੇ ਸੋਲ ਦਿੱਤਾ ਹੋਇਆ ਜੀ, ਇਹਦੀ ਨੋਇਸ ਵੀ ਪ੍ਰੋਪਰ ਉਹੀ ਰਹੇਗੀ ਜਿਹੜੀ ਲਗਜ਼ਰੀ ਨੋਇਸ ਹੁੰਦੀ ਹੈ। ਮੇਡ ਇਨ ਇੰਡੀਆ? ਮੇਡ ਇਨ ਇੰਡੀਆ, ਬਿਲਕੁਲ ਮੇਡ ਇਨ ਇੰਡੀਆ। ਚਾਈਨਾ ਦਾ ਸਰ ਕੁਝ ਵੀ ਨਹੀਂਗਾ ਸਾਡੇ ਕੋਲ। ਆਹ ਵੀ ਭਰਾ ਮਾੜੀ ਜਿਹੀ ਨਿਗਾਹ ਪਵਾ ਦਈਏ। ਹਾਂਜੀ, ਆਹ ਵੀ ਬਹੁਤ ਮੇਰੇ ਨਾ ਅੱਖਾਂ 'ਚ ਰੜਕੀ ਜਾਂਦੀ ਸੀ ਆਹ। ਇਹ ਸਰ ਸਾਡੇ ਕ੍ਰਸਟ ਲੈਦਰ ਦੇ ਵਿੱਚ ਜਲਸਾਸ ਨੇ ਜੀ, ਅੱਗੇ ਸਰ ਜ਼ਰਦੋਜ਼ੀ ਦਾ ਕੰਮ ਹੋਇਆ ਹੋਇਆ, ਜਿਹੜਾ ਜ਼ਰਦੋਜ਼ ਹੁੰਦਾ ਹੈ, ਅਪਰੋਕਸੀਮੇਟਲੀ 14 ਜਾਂ 15 ਸਾਲ ਦੀ ਜਿਹੜੀ ਉਮਰ ਹੁੰਦੀ ਹੈ ਬੱਚੇ ਦੀ ਜੀ, ਉਹ 15 ਸਾਲ ਦੀ ਉਮਰ ਤੋਂ ਲੈ ਕੇ 18 ਸਾਲ ਤੱਕ ਤੁਸੀਂ ਮੰਨ ਲਵੋ ਕੰਮ ਕਰਦਾ ਜੀ,
ਆਹ ਦੇਖ ਇੱਥੋਂ ਦਿਖਾ ਦਈਏ, ਇਕੱਲੇ ਇਕੱਲੇ 'ਤੇ ਗੱਲ ਕਰਨ ਲੱਗ ਜਾਈਏ ਨਾ ਤਾਂ ਅੱਧੀ ਰਾਤ ਆਪਾਂ ਨੂੰ ਇੱਥੇ ਹੀ ਹੋ ਜਾਣੀ ਆ। ਆਹ ਦੇਖੋ ਆਹ ਲੈਦਰ ਦੇ ਸਾਰੇ ਲਾਜਵਾਬ ਡਿਜ਼ਾਈਨ ਨੇ ਜਿੰਨੇ ਵੀ ਇੱਥੇ ਪਏ ਨੇ। ਆਹ ਤਾਂ ਵਾਲੇ ਪਾਸੇ ਵੀ ਬਲੈਕ ਦੇ ਵਿੱਚ ਆ, ਗ੍ਰੇ ਹੁੰਦਾ ਵੀਰ ਜੀ? ਹਾਂਜੀ ਗ੍ਰੇ ਕਲਰ, ਗ੍ਰੇ ਹੋ ਗਿਆ। ਆਹ ਥੋੜ੍ਹਾ ਜਿਹਾ ਰੈੱਡ ਸ਼ੇਡ ਦੇ ਵਿੱਚ, ਇਹ ਸਾਰੇ ਹੱਥ ਦੇ ਹੀ ਬਣੇ ਆ। ਏ ਟੂ ਜੈਡ ਜਿੰਨੀ ਵੀ ਤੁਹਾਨੂੰ ਵਰਾਇਟੀ ਦਿਖਾਵਾਂਗੇ ਸਾਰੀ ਹੱਥ ਦੀ ਕੋਈ ਬਣੀ ਹੋਈ ਆ। ਅਤੇ ਦੂਜੀ ਗੱਲ ਇਹ ਆ ਵੀ ਇੱਕ ਹੱਥ ਲੈ ਉਹ ਰੱਖੀ ਬੈਠੇ ਹੋ, ਆਹ ਇਹ ਚੱਲਦੇ ਆ ਹਜੇ ਵੀ ਥੋੜ੍ਹਾ ਜਿਹਾ ਸਟਾਈਲ ਇਹ? ਹਾਂਜੀ ਹਾਂਜੀ, ਸਵੇਡ ਲੈਦਰ ਹੈ ਜੀ। ਜੀ ਜੀ, ਆਹ ਵੀ ਦੇਖੋ ਇਹ ਪੁਰਾਣਾ ਡਿਜ਼ਾਈਨ, ਥੋੜ੍ਹਾ ਜਿਹਾ ਪੁਰਾਣਾ ਚਾ ਨਾ, ਥੋੜ੍ਹਾ ਜਿਹਾ ਅਸੀਂ ਕਹਿ ਸਕਦੇ ਹਾਂ ਪੁਰਾਣਾ, ਪਰ ਗੱਲ ਇਹ ਵੀ ਚੱਲਦੇ ਹਜੇ ਵੀ ਆ। ਚੱਲਦੇ ਹਜੇ ਵੀ, ਕਲਾਸਿਕ ਜਿਹੜੀ ਚੀਜ਼ ਹੁੰਦੀ ਹੈ ਸ਼ਾਇਦ ਉਹ ਕਲਾਸਿਕਲ ਚੀਜ਼ ਹੈ ਜੀ, ਕਲਾਸਿਕਲ ਚੀਜ਼ਾਂ ਨੇ। ਅੱਜ ਦੀ ਡੇਟ ਵਿੱਚ ਇਹ ਜ਼ਰੂਰੀ ਨੇ ਜੇ ਕੋਈ ਬਜ਼ੁਰਗ ਹੀ ਕੈਰੀ ਕਰਦੇ ਨੇ, ਜਿਸ ਕਿਸੇ ਨੇ ਕੰਫਰਟ ਲੈਵਲ ਲੈਣਾ ਹੋਵੇ ਨਾ ਲੈਦਰ ਸ਼ੂਜ਼ ਵਿੱਚ, ਉਹ ਜ਼ਰੂਰ ਇਹਨੂੰ ਕੈਰੀ ਕਰਦਾ। ਸਹੀ ਹੈ। ਇੱਕ ਦੋਸਤ, ਇੱਕ ਬ੍ਰਦਰ ਆਹ ਪਿਆ ਤੁਹਾਡੇ ਜੀ, ਇਹ ਕੰਫਰਟ ਜੇ ਵੱਧ ਲੱਗਦੇ ਆ ਮੈਨੂੰ। ਹਾਂਜੀ, ਨਹੀਂ ਭਾਜੀ ਇਹ ਵੀ ਨਾ ਸਵੇਡ ਲੈਦਰ ਹੈ, ਸੈਕਿੰਡ ਲੇਅਰ ਆ ਕੌਸਕਿਨ ਦੀ। ਤੇ ਇਹਦੀ ਸਪੈਸ਼ਲਿਟੀ ਇਹ ਹੈ, ਇਹ ਨਾ ਆਰਥੋਪੈਡਿਕ ਜਿਹੜੇ ਹੁੰਦੇ ਨੇ ਨਾ ਉਹ ਯੂਜ਼ ਕਰਦੇ ਨੇ, ਜਿਹਨਾਂ ਨੂੰ ਹੱਡੀਆਂ ਗੋਡਿਆਂ ਗੱਡਿਆਂ, ਜਿਹਨਾਂ ਨੂੰ ਗੋਡਿਆਂ ਦੇ ਦਰਦ ਹੁੰਦੀ ਹੈ। ਇਹ ਸ਼ੂ ਵੀ ਬਹੁਤ ਕੰਫਰਟੇਬਲ ਹੈ, ਇਹਦਾ ਤੁਸੀਂ ਇਨਸੋਲ ਦੇਖੋ। ਅੱਛਾ, ਇਹ ਵਿੱਚ ਪਾਈ ਆ ਗੁੱਦ ਜੀ ਤੁਹਾਡੀ ਹੈ ਨਾ? ਹਾਂਜੀ, ਇਹ ਸਪੈਸ਼ਲਿਟੀ ਹੈ ਜੀ ਇਹਦੀ। ਇਹ ਜੇ ਗੋਡਿਆਂ ਵਾਲੇ ਚੰਗੇ ਆ, ਇਹ ਬਹੁਤ ਵਧੀਆ ਰਹਿੰਦੇ ਨੇ ਜੀ ਉਹਨਾਂ ਵਾਸਤੇ। ਇਹ ਕਿੰਨੇ ਕਿਤੇ ਹੋਣਗੇ ਭਲਾ? ਸਰ ਇਹ ਵੀ ਅਪਰੋਕਸੀਮੇਟਲੀ 4,000 ਦੇ ਨੇ ਜੀ। ਤੇ ਇਹ ਵੀ ਭਾਅ ਸਰ ਲੱਗੇ? ਹਾਂ, ਜਿਹੜੇ ਭਾਅ ਸਰ ਲੱਗੇ ਮੈਂ ਭਾਅ ਸਰ ਕਹਿਦਾ ਕਰਨਾ। ਹਾਂਜੀ ਹਾਂਜੀ, ਕਿਉਂਕਿ ਹਰੇਕ ਬੰਦੇ ਦੀ ਪਹੁੰਚ ਆ, ਪਹੁੰਚ ਵਿੱਚ ਗੋਡੇ ਤੋਂ ਬਿਨਾਂ ਵਾਲਾ ਵੀ ਪਾ ਸਕਦਾ? ਪਾ ਸਕਦਾ ਜੀ, ਕੋਈ ਵੀ ਪਾ ਸਕਦਾ, ਬਹੁਤ ਕੰਫਰਟੇਬਲ ਸ਼ੂ ਆ। ਮਤਲਬ ਉਹਨਾਂ ਲਈ ਤਾਂ ਇੱਕ 10 ਰეკਮੈਂਡਡ ਹੋ ਗਿਆ, ਰეკਮੈਂਡਡ ਹੋ ਗਿਆ ਜੀ। ਪਰ ਉਦਾਂ ਪਾ ਜਿਹੜਾ ਮਰਜ਼ੀ ਸਕਦਾ ਦਰਸ਼ਕੋ ਲੈ, ਆਹੇ ਜੇ ਮਿਲ ਜਾਣੇ ਤੁਹਾਨੂੰ ਬੜੇ ਵਧੀਆ ਤਰੀਕੇ ਨਾਲ ਪੈ ਜਾਂਦੇ ਨੇ ਵੈਲਕਰੋ। ਅੱਛਾ, ਨਾਲ ਸੌਖਾ ਈਜ਼ੀਲੀ? ਹਾਂ ਜੀ, ਈਜ਼ੀਲੀ ਪਏਗਾ ਤੁਹਾਡਾ ਨਾ ਵਾਲਾ ਜੀ। ਲੈ ਆ ਵਿੱਚ ਪਾ ਦੇਵਾਂਗੇ, ਚਲੋ ਆਪਾਂ ਬਾਅਦ 'ਚ ਪਾ ਕੇ ਰੱਖ ਦਿਆਂਗੇ ਇਹਨੂੰ। ਹਾਂਜੀ, ਮਤਲਬ ਇਹਨੂੰ ਸੌਖਾ ਵਾ? ਸੌਖਾ ਜੀ ਬਿਲਕੁਲ, ਬਜ਼ੁਰਗਾਂ ਲਈ ਖਾਸ ਤੌਰ 'ਤੇ ਮੈਨੂੰ ਲੱਗਦਾ ਵੀ ਬੈਸਟ ਆ। ਅਤੇ ਇਦੋਂ ਬਾਅਦ 'ਚ ਭਰਾ ਆ ਆਹ ਗੁੱਪ ਦਿਖਾ ਦਿਓ ਇਧਰਲੇ ਪਾਸੇ, ਆਹ ਵੀ ਇੱਕ ਵਰਾਇਟੀ ਪਈ ਆ ਇਧਰੋਂ ਭਰਾ, ਬੈਸਟ ਕੀ ਆ? ਬੈਸਟ ਤਾਂ ਸਾਰੀ ਆ, ਮਤਲਬ ਇਹ ਵੀ ਸਰ ਇੱਕ ਟਸਲਸ ਨੇ ਜੀ, ਇਹ ਟਸਲ ਸ਼ੂ ਹੈ ਸਾਡਾ ਜੀ, ਇਹ ਵੀ ਸਰ ਹੈਂਡਮੇਡ ਹੈ ਟੋਟਲੀ ਜੀ, ਲੈਦਰ ਸੂਰ ਹੈ ਦੇ ਪਿੱਛੇ, ਵੁੱਡ ਦੀ ਹੱਡੀ ਹੈ ਜੀ ਜੀ, ਇਹ ਵੀ ਸਰ ਹੈਂਡ ਪੇਂਟਡ ਹੈ, ਕਸਟਰਡ ਲੈਦਰ ਹੈ ਜੀ ਜੀ। ਅਤੇ ਇਦੋਂ ਬਾਅਦ 'ਚ ਦਰਸ਼ਕੋ ਗੁੱਪ ਦਿਖਾਈ ਚਲੇ ਗਏ, ਆਹ ਥੱਲੇ ਦੇਖੋ ਆਹ ਇੱਧਰ ਸ਼ੂ ਪਏ ਆ, ਆਹ ਤਾਂ ਵਾਲੇ ਪਾਸੇ ਪਏ ਆ, ਅਤੇ ਕਾਹ ਭਰਾ ਵੱਖਰੀ ਆਈਟਮ ਮੈਂ ਨਹੀਂ ਇਹ ਦੇਖੀ ਜੀ। ਆਹਾ, ਇਹ ਭਾਜੀ ਮਿਊਲਸ ਨੇ, ਇਹ ਜ਼ਿਆਦਾਤਰ ਕੁੜਤਿਆਂ ਦੇ ਨਾਲ ਕੈਰੀ ਹੁੰਦੇ ਨੇ ਜੀ। ਇਹ ਇਹ ਦੇਖਣ 'ਚ ਕਾਹਤੋਂ ਘੱਟ ਮਿਲਦੇ ਆ ਇਹ? ਇਹ ਬਹੁਤ ਰੇਅਰ ਹੈ ਜੀ ਆਪਣੇ ਇੱਥੇ, ਕੋਈ ਕੋਈ ਹੋਏਗਾ, ਕੋਈ ਟਾਵਾਂ ਟਾਵਾਂ ਬੰਦਾ ਹੋਏਗਾ ਜੇ ਆਪਣੇ ਹੋਵੇ ਵੀ ਤਾਂ ਇੱਥੇ ਪੰਜਾਬ ਵਿੱਚ ਵੇਚਣ ਵਾਲਾ। ਅੱਛਾ, ਬਹੁਤ ਘੱਟ ਹੁੰਦੇ, ਬਹੁਤ ਘੱਟ ਮਿਲਦੇ ਨੇ। ਇਹ ਵੀ ਅਸੀਂ ਕਸਟਮਾਈਜ਼ ਕਰ ਸਕਦੇ ਹਾਂ ਕਲਰ, ਜੇ ਤਾਂ ਉਹਨੇ ਪੇਟੈਂਟ ਲੈਦਰ ਹੈ ਜੀ, ਜਿਹੜਾ ਅਸੀਂ ਪੇਟੈਂਟ ਲੈਦਰ ਯੂਜ਼ ਕਰੀਦਾ, ਇੱਕ ਹੁੰਦਾ ਵਾ ਸਿੰਥੈਟਿਕ ਜੀ, ਇਹ ਪਿਓਰ ਲੈਦਰ ਦੇ ਵਿੱਚ ਹੈ। ਸਿਰਫ ਦੋ ਕੰਪਨੀਆਂ ਬਣਾਉਂਦੀਆਂ ਆਪਣੇ ਇੰਡੀਆ ਦੇ ਵਿੱਚ, ਇੱਕ ਟਾਟਾ ਕੰਪਨੀ ਹੈ ਜੀ ਜਾਂ ਫਿਰ ਇਟਲੀ ਦੇ ਵਿੱਚ ਬੰਦਾ ਜੀ ਹੈ। ਅਤੇ ਆਪਾਂ ਫਿਰ, ਮੈਂ ਟਾਟਾ ਤੋਂ ਬਾਏ ਕਰਦੇ ਹਾਂ। ਅੱਛਾ, ਟਾਟਾ ਤੋਂ ਆਪਾਂ ਲੈ ਲੈਂਦੇ ਹਾਂ। ਹਾਂਜੀ ਅਸੀਂ ਲੈਂਦੇ ਹਾਂ ਜੀ, ਸਾਰਾ ਪੇਟੈਂਟ ਲੈਦਰ ਹੈ। ਇਹ ਦੋ ਕਲਰਸ ਨੇ, ਇੱਕ ਆਹ ਕਲਰ, ਇੱਕ ਬਲੈਕ ਕਲਰ ਹੋਏਗਾ ਜੀ। ਬਲੈਕ ਕਲਰ ਜੀ। ਅਤੇ ਇਦੋਂ ਬਾਅਦ 'ਚ ਇੱਕ ਆਹ ਵੀ ਮਾੜੇ ਜਿਹੇ ਨਿਗਾਹ ਪਵਾ ਦਈਏ, ਵੀ ਕੁੜਤੇ ਪਜਾਮੇ ਨਾਲ ਪੈਣ ਵਾਲੇ ਆ। ਕੁੜਤੇ ਪਜਾਮੇ ਨਾਲ ਪੈਣ ਵਾਲੇ ਨੇ ਜੀ, ਦੇਖੋ ਇਹ ਪਿਸ਼ਾਵਰੀ ਜੁੱਤੀ ਹੈ ਜੀ। ਪਿਸ਼ਾਵਰੀ? ਹਾਂਜੀ। ਇਹ ਵੀ ਤੁਸੀਂ ਆਪਣੇ ਮਤਲਬ ਦੇ ਕਸਟਮਾਈਜ਼ ਕਰ ਸਕਦੇ ਹੋ, ਕੋਈ ਹੋਰ ਡਿਜ਼ਾਈਨ ਚਾਹੀਦਾ, ਕੋਈ ਕਲਰ ਚਾਹੀਦਾ, ਇਹ ਵੀ ਆਪਾਂ ਕਸਟਮਾਈਜ਼ ਕਰ ਸਕਦੇ ਹਾਂ ਜੀ। ਇਹ ਜੁੱਤੀਆਂ ਦੇ ਵਿੱਚ ਸਿਰਫ ਬੰਦਿਆਂ ਦਾ? ਹਾਂਜੀ, ਸਾਰੇ ਜੈਂਟਸ ਹੈ ਜੀ ਜੁੱਤੀਆਂ, ਜੈਂਟਸ ਦੇ ਵਿੱਚ ਨਾ। ਹਾਂਜੀ, ਇਦੋਂ ਵਿੱਚ ਪਰਸ ਕੈਟਾਗਰੀ 'ਚ ਲੇਡੀਜ਼ ਵੀ ਹੈਗੀਆਂ ਨੇ? ਉਹ ਹੈਗਾ ਜੀ ਲੇਡੀਜ਼ ਦਾ, ਫੁੱਟਵੇਅਰ ਵਿੱਚ ਇਕੱਲਾ ਜੈਂਟਸ, ਫੁੱਟਵੇਅਰ ਦੇ ਵਿੱਚ ਸਿਰਫ ਬੰਦਿਆਂ ਵਾਸਤੇ ਹੀ ਇਹਨਾਂ ਨੇ ਰੱਖਿਆ। ਇਦੋਂ ਵਿੱਚ ਮੈਂ ਦੱਸਦਿਆਂ ਵੀ ਇਹ ਜੀ ਆਹ ਵੀ ਮਿਲ ਜਾਣਗੀਆਂ। ਹਾਂਜੀ, ਇਹ ਸ਼ੂ ਹੌਨਸ ਨੇ ਜੀ। ਇਹ ਸ਼ੂ ਪਾਉਣ ਵਾਸਤੇ ਕਿਵੇਂ ਪਾਈਦਾ ਇਹ ਵਰਤੋਂ? ਹਾਂਜੀ, ਇਹ ਜੀ ਲਾਈਕ ਜਿੱਦਾਂ ਆਹ ਚੀਜ਼। ਅੱਛਾ, ਓਕੇ, ਠੀਕ ਆ। ਹਾਂ, ਨੋ ਗਰਾਬਿੰਗਾ ਹੋਵੇ ਲੈ, ਠੀਕ ਆ। ਚਮਟਾ ਜਿਹਾ ਵੀ ਮਿਲ ਜੂ ਇੱਥੋਂ? ਹਾਂਜੀ ਹਾਂਜੀ। ਅੱਛਾ, ਇਹ ਦਰਸ਼ਕੋ ਇਹ ਜੇ ਬੂਟ ਪਾਉਣ ਨੂੰ ਆਹ ਚਿਮਟਾ ਜਿਹਾ ਲੈਣਾ, ਇਹ ਵੀ ਲੈ ਸਕਦੇ ਹੋ। ਇਹ 3-4 ਡਿਜ਼ਾਈਨ ਰੱਖੀ ਬੈਠੇ ਆ, ਇੱਕ ਆ ਛੋਟਾ, ਆ ਵੱਡਾ, ਇੱਕ ਉਹ ਸਿੰਗ ਵਾਲਾ ਸੀ। ਹਾਂਜੀ, ਮੈਂ ਸਿੰਗ ਵਾਲਾ ਵੀ ਦਿਖਾਉਣਾ। ਆ ਪਿਆ 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 ਪਿਆ, ਆ ਸਿੰਗ ਓਰੀਜਨਲ ਸਿੰਗ ਦਾ ਬਣਿਆ ਹੋਇਆ ਜੀ। ਇਹ ਓਰੀਜਨਲ ਸਿੰਗ ਦਾ ਬਣਿਆ? ਓਰੀਜਨਲ ਸਿੰਗ ਦਾ ਜੀ ਆ ਵਾਲਾ। ਲੈ, ਠੀਕ ਆ ਵੀ ਗੱਲਬਾਤ। ਇਹ ਬੂਟ ਪਾਉਣ ਨੂੰ ਵੀ ਸਹੂਲਤਾਂ ਭਾਈ ਆ, ਓਰੀਜਨਲ ਸਿੰਗ ਦਾ ਬਣਿਆ ਹੋਇਆ। ਤੇ ਆਹ ਤਾਂ ਇਹ ਲੱਗਦਾ ਜਿਵੇਂ ਹਾਥੀ ਦੰਦ ਦਾ ਹੀ ਹੁੰਦਾ ਉਹ ਜਿਹਾ ਨਮੂਨਾ ਲੱਗਦਾ। ਹਾਂਜੀ ਜੀ, ਤੇ ਦੇਖੋ ਦਰਸ਼ਕ ਇਹਦੀਆਂ ਚੀਜ਼ਾਂ ਮਿਲ ਜਾਣਗੀਆਂ। ਇਦੋਂ ਬਿਨਾਂ ਆਹ ਆਹ ਬਹੁਤ ਘੈਂਟ ਚੀਜ਼ ਆ, ਇਹ ਵੀ ਪਿਸ਼ਾਵਰੀ ਜੁੱਤੀ ਹੈ ਜੀ। ਜੀ, ਪਿਸ਼ਾਵਰੀ ਜੁੱਤੀ ਹੋ ਗਈ, ਦੇਖੋ ਲੈ। ਤੇ ਇਹ ਕਿੰਨੇ ਕੁ ਦੀ ਹੋਊਗੀ ਭਲਾ? ਇਹ ਅਪਰੋਕਸੀਮੇਟਲੀ 6,000 ਦੀ ਹੈ ਜੀ। 6,000 ਦੀ ਆ? ਤੇ ਮਤਲਬ ਖਰਾਬ ਤਾਂ ਫਿਰ ਹੁੰਦੀ ਨਹੀਂ? ਨਹੀਂ ਜੀ, ਨਹੀਂ ਖਰਾਬ ਨਹੀਂ ਹੋਈ, ਗਰੰਟੀ ਹੈ ਜੀ। ਗਰੰਟੀ ਵਾਲਾ ਕੰਮ ਆ ਦਰਸ਼ਕੋ, ਸਾਰੀਆਂ ਸਹੂਲਤਾਂ ਤੁਹਾਨੂੰ ਇੱਥੇ ਮਿਲ ਜਾਣਗੀਆਂ। ਤੇ ਇਦੋਂ ਬਿਨਾਂ ਆਹ ਦੇਖੋ ਵਰਾਇਟੀ, ਮਾੜਾ ਜਿਹਾ ਮੈਂ ਫਿਰ ਤੁਹਾਡੀ ਝਾਤੀ ਪਵਾ ਦਿਆਂ, ਆਹ ਇਹੋ ਜਿਹੀਆਂ ਵਰਾਇਟੀਆਂ ਦੇ ਵਿੱਚ ਵੀ ਮਿਲ ਜਾਣਗੇ। ਤੇ ਆ ਸੈਂਡ, ਇੱਕ ਸੈਂਡਲ ਟਾਈਪ ਕਹਿ ਸਕਦੇ ਹਾਂ।
ਤੇ ਸਰ ਇਹਦੇ ਵਿੱਚ ਵੀ ਤੁਹਾਨੂੰ ਅਪਰੋਕਸੀਮੇਟਲੀ ਮੇਰੇ ਕੋਲ 60 ਤੋਂ 70 ਕਲਰਸ ਮਿਲਣਗੇ, ਤੁਸੀਂ ਕੋਈ ਵੀ ਕਲਰ ਕਹੋ ਮੈਂ ਤੁਹਾਨੂੰ ਕਸਟਮਾਈਜ਼ ਕਰਕੇ ਦਵਾਂਗਾ ਜੀ। ਇਵਨ ਇਹਦਾ ਵਾਈਟ ਸੋਲ ਜਿਹਦਾ ਅਸੀਂ ਯੂਜ਼ ਕੀਤਾ ਹੋਇਆ ਜੀ ਜੀ, ਅਸੀਂ ਸੋਲ ਵੀ ਇਹਦਾ ਕੋਈ ਵੀ ਬਣਾ ਸਕਦੇ ਹਾਂ। ਅੱਛਾ, ਤੁਹਾਨੂੰ ਬਲੈਕ ਚਾਹੀਦਾ ਬਲੈਕ ਹੋ ਜਾਏਗਾ, ਬਲੂ ਕਹੋਗੇ ਬਲੂ ਹੋ ਜਾਏਗਾ ਜੀ, ਜਿਹੜਾ ਵੀ ਕਹੋਗੇ ਤੇ ਆਹਾ। ਹਾਂਜੀ, ਇਹ ਸਰ ਸਲੀਪ ਆਨਸ ਨੇ, ਇਹ ਵੀ ਸਾਰਾ ਹੱਥ ਦਾ ਕੰਮ ਹੋ ਰੱਖਿਆ ਜੀ, ਇਹ ਵੀ ਸਾਰਾ ਟੋਟਲੀ ਹੈਂਡਮੇਡ ਨੇ, ਹੈਂਡਮੇਡ ਨੇ ਸਾਰੀਆਂ ਚੀਜ਼ਾਂ ਦਰਸ਼ ਕੋਲ ਹੈ। ਇੱਧਰ ਜੁੱਤੀਆਂ ਵਾਲੇ ਪਾਸੇ ਤੋਂ ਬਿਨਾਂ ਇੱਧਰ ਦੱਸਦੇ ਹਾਂ ਵੀ ਆਹ ਜੀ ਹਰ ਤਰ੍ਹਾਂ ਦੇ ਰੰਗ ਵਰਾਇਟੀ ਤੁਹਾਨੂੰ ਇੱਥੇ ਮਿਲ ਜਾਣੀ ਆ ਦਰਸ਼ਕੋ। ਆਹ ਹੈਗਾ ਸੱਪ ਵਾਲਾ ਲੈਦਰ, ਕਿਉਂ ਬਾਈ ਜੀ ਸੱਪ ਵਾਲਾ ਕਹਿੰਦੇ ਇਹਨੂੰ? ਹਾਂਜੀ, ਸਨੇਕ ਲੈਦਰ ਹੈ ਜੀ, ਸਨੇਕ ਲੈਦਰ ਕਹਿੰਦੇ ਲੈ। ਐਂ ਆ ਵੀ ਜੇ ਰੱਖਤਾ ਤਾਂ ਜੁੱਤੀ ਚੱਕਣ ਲੱਗਿਆ ਦੋ ਵਾਰੀ ਬੰਦਾ ਸੋਚੂਗਾ ਕਿਤੇ ਸੱਪ ਹੀ ਨਾ ਹੋਵੇ, ਪਰ ਇਹ ਘੈਂਟ ਆ ਚੀਜ਼ਾਂ। ਮਤਲਬ ਇਹ ਜਿਹੜੀ ਡਿਜ਼ਾਈਨਿੰਗ ਕਰਦੇ ਹੋ ਇਹ ਤੁਸੀਂ ਆਪ ਹੀ ਕਰਦੇ ਹੋ ਫਿਰ? ਡਿਜ਼ਾਈਨਿੰਗ ਸਾਰੀ ਭਾਅ ਜੀ ਮੈਂ ਆਪ ਹੀ ਕਰਦਾ ਹਾਂ ਜੀ। ਹੁਣ ਕੀ ਕਰਨ ਲੱਗੇ ਹੋ ਬ੍ਰਦਰ? ਇਹ ਜੀ ਇਹ ਕ੍ਰਿਸਟਲ ਲੈਦਰ ਹੈ, ਜਿੱਦਾਂ ਤੁਹਾਨੂੰ ਮੈਂ ਦੱਸਿਆ ਸੀਗਾ ਸ਼ੂ ਬਣਾਉਣ ਤੋਂ ਪਹਿਲਾਂ ਤਾਂ ਆਹ ਕਲਰ ਹੁੰਦਾ ਜੀ। ਅੱਛਾ, ਸ਼ੂ ਸਭ ਤੋਂ ਪਹਿਲਾਂ ਸਾਰੇ ਇਹ ਜੀ ਹੁੰਦੇ? ਸਾਰਾ ਸ਼ੂ ਬਣ ਗਿਆ ਜੀ ਜੀ। ਠੀਕ ਹੈ, ਬਣਾਉਣ ਤੋਂ ਬਾਅਦ ਇਹ ਸਾਰੇ ਇਹਦੇ 'ਤੇ ਕਲਰ ਪ੍ਰੋਸੈਸ ਹੁੰਦਾ ਵੈ? ਅੱਛਾ, ਜਿੱਦਾਂ ਹੁਣ ਮੈਂ ਕਰ ਰਿਹਾ ਕਿਸੇ ਕਸਟਮਰ ਦਾ ਜੀ, ਜਿੱਦਾਂ ਮੈਂ ਕਲਰ ਦੇ ਰਿਹਾ ਵਾਂ ਹੁਣ ਜੀ, ਇਹਦੇ 'ਤੇ 3 ਕੋਟਿੰਗਸ ਹੋਣੀਆਂ ਨੇ ਕਲਰ ਦੀਆਂ। ਆਪਾਂ ਸਟਾਰਟ ਕਰ ਦਿੱਤਾ ਇਹਨੂੰ ਜੀ ਜੀ, ਹੈਂਡ ਪੇਂਟ ਚੱਲਣਾ ਸਾਰਾ? ਹਾਂ, ਸਾਰਾ ਹੈਂਡ ਪੇਂਟ ਚੱਲਣਾ ਜੀ। ਇਹ ਨਹੀਂ ਗਾ ਵੀ ਬਾਲਟੀ 'ਚ ਡਬੋ ਤੇ ਕੱਢ ਲਏ? ਨਹੀਂ ਨਹੀਂ ਜੀ ਨਹੀਂ, ਅੱਜ ਤਾਂ ਹੁਣ ਅਸੀਂ ਫਸਟ ਲੇਅਰ ਕਰਾਂਗੇ ਜੀ, ਵਿੱਚੋਂ ਵਿੱਚ ਇਹਨੇ ਛੱਡੀ ਜਾਣਾ ਵਾਈਟ ਵੇਟ ਦਿਖਦਾ ਰਹਿਣਾ, ਸੈਕਿੰਡ ਵਿੱਚ ਉਹ ਖਤਮ ਹੋਵੇਗਾ, ਥਰਡ ਵਿੱਚ ਬਿਲਕੁਲ ਜਿਹੜਾ ਹੁੰਦਾ ਵਾ ਮਤਲਬ ਕਲਰ ਉਹ ਆਉਂਦਾ ਜੀ ਜੀ। ਇਹਦੇ ਵਿੱਚ ਫਿਰ ਇਹਨੂੰ ਹੀਟ ਕਰਨਾ ਜਾਂ ਕੋਈ? ਹਾਂਜੀ, ਉਹ ਤੋਂ ਬਾਅਦ ਹੀਟ ਪ੍ਰੋਸੈਸ ਹੁੰਦਾ ਜੀ, ਹੀਟਰ ਵਿੱਚ ਜਾਏਗਾ ਇਹ। ਬਿਲਕੁਲ, ਮਤਲਬ ਇਹ ਪੇਂਟ ਕਰਨ ਦਾ ਇੱਦਾਂ ਹੀ ਉਦੋਂ ਬਾਅਦ ਮੀਨਾਕਾਰੀ ਜੋ ਤੇ ਕਰਦੇ? ਹਾਂਜੀ, ਜੋ ਵੀ ਉਸ ਤੋਂ ਬਾਅਦ ਜੀ, ਜਿੱਦਾਂ ਹੁਣ ਮੰਨ ਲਓ ਮੈਂ ਬਰਾਊਨ ਕਲਰ ਕਰ ਰਿਹਾ, ਮੈਨੂੰ ਸੁੱਕਣ ਤੋਂ ਬਾਅਦ ਇਹਨੇ ਮੋਸਟਲੀ ਇੱਦਾਂ ਦਾ ਬਰਾਊਨ ਆਉਣਾ। ਅੱਛਾ ਜੀ, ਇੱਦਾਂ ਦਾ ਬਰਾਊਨ ਆ ਜਾਏਗਾ, ਇਸ ਤੋਂ ਬਾਅਦ ਉੱਤੇ ਹੈਂਡ ਟਿਪਿੰਗਸ ਹੋਣਗੀਆਂ ਜੀ। ਜਿੱਦਾਂ ਹੁਣ ਕੋਈ ਵੀ ਕਸਟਮਰ ਹੈ ਕਹਿੰਦਾ ਕਿ ਮੈਨੂੰ ਪਲੇਨ ਬਰਾਊਨ ਨਹੀਂ ਚਾਹੀਦਾ, ਜਿੱਦਾਂ ਪਲੇਨ ਬਰਾਊਨ ਲੱਗਿਆ ਨਾ ਜੀ ਜੀ, ਉਹ ਕਹਿੰਦਾ ਕਿ ਮੈਨੂੰ ਪਲੇਨ ਬਰਾਊਨ ਨਹੀਂ ਚਾਹੀਦਾ, ਮੈਨੂੰ ਕਹਿੰਦਾ ਇਹਦੀ ਟਿਪਿੰਗ ਚਾਹੀਦੀ ਹੈ ਜੀ, ਜਿੱਦਾਂ ਡਬਲ ਕਲਰਸ ਆਪਾਂ ਕਹਿ ਲੈਂਦੇ ਹਾਂ। ਇਹ ਬਣਨ ਤੋਂ ਬਾਅਦ ਫਿਰ ਇਹਦੇ ਉੱਤੇ ਅਸੀਂ ਹੈਂਡ ਟਿਪਿੰਗ ਕਰੀ ਦੀ ਹੈ ਜੀ ਆ ਵਾਲੀ। ਠੀਕ 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 ਠੀਕ, ਆਹ ਰੰਗ ਵੀ ਬਹੁਤ ਵੀ ਜੀ, ਇਹ ਸਰ ਵਾਈਨ ਅਤੇ ਬਲੈਕ ਦਾ ਮਿਕਸਚਰ ਹੈ, ਇਹ ਬਹੁਤ ਪਿਆਰਾ ਜੀ, ਬਰੋਕਸ ਨੇ ਜੀ ਇਹ ਵਾਲੇ। ਆਹ ਦੇਖ ਵੀ ਦਰਸ਼ਕੋ, ਤੁਸੀਂ ਇੱਥੇ ਆ ਗਏ ਨਾ ਤੁਸੀਂ ਇੱਕ ਵਾਰੀ, ਤੁਹਾਨੂੰ ਲੱਗੂਗਾ ਵੀ ਦੁਕਾਨ ਖਰੀਦ ਲਈਏ, ਪਰ ਘੈਂਟਾ ਕੰਮ ਕੱਲ ਮਿਲਾ ਕੇ ਕਰ ਲੈਂਦੇ ਹਾਂ। ਕਲਰ ਇੱਕ ਹੋਰ ਮਿਲ ਜਾਏਗਾ, ਹਾਂ ਦੇਖੋ, ਬਾਕੀ ਤੁਸੀਂ ਆਪਣੀ ਮਰਜ਼ੀ ਦਾ ਕੋਈ ਵੀ ਕਸਟਮਾਈਜ਼ ਕਰਾ ਸਕਦੇ ਹੋ। ਹਾਂ, ਤੇ ਘੱਟੋ ਘੱਟ ਬੋਲਣਗੇ ਬੂਟ ਪਾਏ ਤੁਹਾਡੇ? ਹਾਂਜੀ ਹਾਂਜੀ। ਤੇ ਆਪਾਂ ਮੈਨੂੰ ਜੈਕਟਸ ਤਾਂ ਦਿਖਾਓ ਲੈਦਰ ਦੀਆਂ। ਹਾਂਜੀ ਮੈਂ ਦਿਖਾਉਂਦਾ। ਲੈਦਰ ਦੇ ਵਿੱਚ ਨਾ ਜੈਕਟਸ ਬਹੁਤ ਹੁੰਦੀਆਂ ਵਾ, ਉਹ ਕਹਿ ਦਿੰਦੇ ਆ ਲੈਦਰ ਦੀਆਂ, ਪਰ ਅਸਲ ਦੇ ਵਿੱਚ ਉਹ ਚੈਨਾ ਜਿਹਾ ਹੁੰਦਾ ਕੁਛ ਮਾਲ ਜਿਹਾ ਜੀ। ਤਾਂ ਆਪਣੇ ਕੋਲ ਏ ਟੂ ਜ਼ੈਡ ਓਰੀਜਨਲ ਹੁੰਦੀਆਂ? ਹਾਂਜੀ, ਸਾਡੇ ਕੋਲ ਏ ਟੂ ਜ਼ੈਡ ਓਰੀਜਨਲ ਨੇ ਜੀ। ਅਸੀਂ ਜਿਹੜਾ ਲੈਦਰ ਯੂਜ਼ ਕਰਦੇ ਸੀ ਸ਼ੀਪ ਲੈਦਰ ਯੂਜ਼ ਕਰਦੇ, ਆਪਾਂ ਕੱਢ ਕੇ ਦੇਖੀ? ਹਾਂਜੀ ਮੈਂ ਦਿਖਾਉਂਦਾ। ਸ਼ਕੋ ਲੈਦਰ ਦੀਆਂ ਜੈਕਟਾਂ ਨੇ ਓਰੀਜਨਲ, ਇਹ ਵੀ ਆਪਣੇ ਬ੍ਰਾਂਡ ਦੀ ਹੋਈ ਆ? ਹਾਂਜੀ, ਇਹ ਵੀ ਸਾਡੇ ਬ੍ਰਾਂਡ ਦੀ ਆ ਜੀ, ਇਹ ਵੀ ਤੁਸੀਂ ਆਪਣੀ ਮਰਜ਼ੀ ਦੀ ਕਸਟਮਾਈਜ਼ ਕਰ ਸਕਦੇ ਹੋ। ਅੱਛਾ, ਜਿਹੜਾ ਮਰਜ਼ੀ ਰੰਗ ਕੋਈ ਵੀ ਕਲਰ, ਤੇ ਇਵਨ ਇਹਦੇ ਵਿੱਚ ਵੀ ਜਿਹੜੇ ਕਲਰਸ ਨੇ ਅਪਰੋਕਸੀਮੇਟਲੀ ਸਾਡੇ ਕੋਲ 20 ਤੋਂ 22 ਕਲਰਸ ਹੋਣਗੇ ਜੈਕਟਸ ਦੇ ਵਿੱਚ। ਤੇ ਦੂਜੀ ਗੱਲ ਇਹ ਆ ਵੀ ਇਹ ਇੱਕ ਕਿਹੜੇ ਲੈਦਰ ਦੀ ਬਣੀ ਹੁੰਦੀ ਹੈ? ਸਰ ਸ਼ੀਪ ਲੈਦਰ ਹੈ। ਅੱਛਾ, ਓਰੀਜਨਲ ਸ਼ੀਪ ਦਾ ਲੈਦਰ ਹੈ ਜੀ ਇਹ ਵਾਲਾ ਜੀ ਜੀ। ਬਿਲਕੁਲ ਓਰੀਜਨਲ। ਇਹ ਕਿੰਨੇ ਕੁ ਦੀ ਪੈਂਦੀ ਹੋਣੀ ਅੰਦਾਜ਼ਾ? ਅੰਦਾਜ਼ਾ ਜੀ ਇਹ 14,500-15,000 ਦੀ ਪੈਂਦੀ ਆ। ਇੱਕ ਮੈਂ ਦੱਸਦੀ ਗੱਲ, ਕਈ ਵਾਰੀ ਹੁੰਦਾ ਨਾ ਤੁਸੀਂ ਸਾਲ ਨੂੰ ਵੀਡੀਓ ਤੁਹਾਡੇ ਕੋਲ ਪਹੁੰਚੀ ਤਾਂ ਕਈ ਰੇਟ ਮਾੜਾ ਮੋਟਾ ਅਪ ਡਾਊਨ ਹੋ ਸਕਦਾ ਹੁੰਦਾ ਵਾ, ਕਿਉਂ ਵੀ ਜੀ ਬਿਲਕੁਲ ਜੀ, ਕੋਈ ਸਾਲ ਨੂੰ ਦੇਖੀ ਉਹਦਾ ਫਰਕ ਹੋ ਰਿਹਾ। ਅੱਜ ਹੁਣ ਅਸੀਂ ਮਈ ਦੇ ਵਿੱਚ ਫਿਲਮਾ ਰਹੇ ਹਾਂ ਲਗਭਗ, ਤਾਂ ਇਹਦਾ ਰੇਟ ਥੋੜ੍ਹਾ ਜਿਹਾ ਹੋਰ ਹੁੰਦਾ ਵਾ। ਅਤੇ ਬਾਕੀ ਤੁਹਾਨੂੰ ਮੈਂ ਦੱਸਦਿਆਂ ਵੀ ਏ ਟੂ ਜੈਡ ਓਰੀਜਨਲ ਦੀ ਗਰੰਟੀ ਹੈ ਨਾ? ਹਾਂਜੀ, ਓਰੀਜਨਲ ਦੀ ਗਰੰਟੀ ਹੈ, ਚਾਹੇ ਲੈਬ ਟੈਸਟ ਕਰਾ ਲਓ ਇਹਨੂੰ, ਲੈਬ ਟੈਸਟ ਕਰਾ। ਈਵਨ ਇੱਕ ਹੋਰ ਸਾਡੇ ਕੋਲ ਚੀਜ਼ ਹੈ ਜਿਹਦਾ ਇਹ ਬੇਸਿਕਲੀ ਹੈਗੀ ਬਾਈਕਰ ਜੈਕਟ ਜੀ। ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਇਹਦੀ ਲੈਂਥ ਵਧਾਉਣੀ ਹੈ, ਇੱਕ ਆਉਂਦੀ ਹੈ ਥਾਈਜ਼ ਜੈਕਟ ਜੀ, ਅਪਰੋਕਸੀਮੇਟਲੀ ਥਾਈਜ਼ ਤੱਕ ਹੁੰਦੀ ਹੈ ਸਾਡੇ ਜੀ, ਅਸੀਂ ਉਹ ਵੀ ਬਣਾ ਸਕਦੇ। ਈਵਨ ਜੇ ਤੁਹਾਨੂੰ ਲੈਦਰ ਦਾ ਕੋਟ ਚਾਹੀਦਾ, ਅਸੀਂ ਉਹ ਵੀ ਤੁਹਾਨੂੰ ਕਸਟਮਾਈਜ਼ ਕਰਕੇ ਦੇ ਸਕਦੇ ਹਾਂ। ਮੂ ਵੀ ਇਹ ਖਰਾਬ ਤਾਂ ਹੁੰਦੀ ਕੋਈ ਨਹੀਂ? ਨਹੀਂ ਜੀ, ਬਿਲਕੁਲ ਖਰਾਬ ਨਹੀਂ ਹੋਏਗੀ, ਇਹਦੀ ਗਰੰਟੀ ਹੈ। ਬਿਲਕੁਲ ਦਰਸ਼ਕੋ, ਲੈਦਰ ਦੀ ਜੈਕਟ ਤੁਹਾਨੂੰ ਪਤਾ ਹੀ ਆ, ਪਰ ਸ਼ਾਹਰੁਖ ਖਾਨ ਉਹਨਾਂ ਦੇ ਪਾਈਆਂ ਹੁੰਦੀਆਂ, ਇਹੋ ਮਸਲਾ ਸਾਰਾ। ਅਤੇ ਇਦੋਂ ਬਾਅਦ 'ਚ ਪ੍ਰੋਪਰ ਆਹ ਪਰਸ ਵਗੈਰਾ ਜੀ, ਇਹ ਆ ਗਏ ਸਾਡੇ ਵਾਲਟਸ ਜੀ, ਵਾਲਟਸ ਕਹਿ ਲਓ ਜਾਂ ਪਰਸ ਕਹਿ ਲਓ, ਨਿੱਕੇ ਨਿੱਕੇ ਛੋਟੇ ਛੋਟੇ। ਜਿਹੜਾ ਅਸੀਂ ਯੂਜ਼ ਕੀਤਾ ਗ੍ਰੇਨਸ ਲੈਦਰ ਹੈ ਜੀ ਜੀ, ਜਿਹੜਾ ਤੁਹਾਡੇ ਹੱਥ ਵਿੱਚ ਹੈ ਵੀ ਗ੍ਰੇਨਸ ਲੈਦਰ ਵਿੱਚ ਹੈ ਜੀ। ਇਹ ਕੀ ਫਰਕ ਹੁੰਦਾ ਇਹਨਾਂ 'ਚ? ਗ੍ਰੇਨ ਜਿਹੜਾ ਹੁੰਦਾ ਜੀ, ਜਿੱਦਾਂ ਹੁਣ ਤੁਸੀਂ ਦੇਖ ਰਹੇ ਹੋ ਥੋੜ੍ਹੇ ਥੋੜ੍ਹੇ ਪਲੇਟਡ ਹੋਇਆ ਹੋਇਆ ਵਾ, ਇਹ ਗ੍ਰੇਨਸ ਹੁੰਦੇ ਨੇ ਜੀ ਜੀ ਜੀ। ਬਿਲਕੁਲ, ਮਤਲਬ ਜੋ ਮਿਲੂਗਾ ਤੁਹਾਨੂੰ ਓਰੀਜਨਲ ਮਿਲੂਗਾ ਜੀ, ਜੋ ਵੀ ਆਇਲ ਪੁਲ ਅਪ ਲੈਦਰ ਹੈ। ਬਿਲਕੁਲ, ਆਹ ਦੇਖੋ ਸਾਰਾ ਭਰਿਆ ਪਿਆ ਵਾ, ਆ ਤਾਂ ਤੂੰ ਫਿਰ ਨਿਗਾਹ ਮਰਾ ਦੀ ਕੇ ਹੌਲੀ ਹੌਲੀ ਕਰਕੇ ਸਨੇਕਸ ਵਿੱਚ ਆ ਜਾਏਗਾ ਜੀ, ਸਨੇਕ ਲੈਦਰ ਹੈ। ਬਿਲਕੁਲ, ਜਿਹੜਾ ਵੀ ਕਹੋ, ਜਿਹੜਾ ਵੀ ਤੁਹਾਨੂੰ ਸੂਟ
ਆਪਣੇ ਇਹ ਦੇਖੋ ਆ ਵੀ ਸਰ ਲੈਦਰ ਦਾ ਦਰਸ਼ਕ ਬਣਿਆ ਹੋਇਆ ਹੈ ਜੀ ਲੈਦਰ ਦਾ ਜੀ ਸਰ ਓਰੀਜਨਲ ਨੀਲਮ ਅਸੀਂ ਯੂਜ਼ ਕੀਤਾ ਹੋਇਆ ਨਾਲੇ ਤੇ ਹਾਂ ਬਿਲਕੁਲ ਆ ਬੁੱਕ ਨੋਟਬੁੱਕ ਤੁਸੀਂ ਲਿਖਣਾ ਹਿਸਾਬ ਕਿਤਾਬ ਮਤਲਬ ਜੇ ਅੱਗੇ ਨਹੀਂ ਸੁਣਦੇ ਕਿ ਘੈਂਟੇ ਸ਼ੇਕਸਪੀਅਰ ਵੇਲੇ ਜੀ ਆਪਾਂ ਪੁਰਾਣੀ ਇੰਗਲਿਸ਼ ਫਿਲਮਾਂ 'ਚ ਦੇਖਦੇ ਹਾਂ ਇਹਦੇ ਵਿੱਚ ਜਿਹੜਾ ਪੇਪਰ ਹੈ ਵੀ ਸਰ ਬਾਇਓ ਪੇਪਰ ਅਸੀਂ ਯੂਜ਼ ਕੀਤਾ ਹੋਇਆ ਦੇਖੋ ਲੈ ਥੋੜ੍ਹੀ ਜਿਹੀ ਸਰ ਹੈਂਡਮੇਡ ਪੇਪਰ ਹੈ ਜੀ ਹੈਂਡਮੇਡ ਪੇਪਰ ਆ ਇਹ ਕਿੰਨੇ ਕੁ ਦੀ ਹੋਊਗੀ ਬੁੱਕ ਅਪਰੋਕਸੀਮੇਟਲੀ ਜੀ 2000 ਦੀ ਹੈ ਬਲੀ ਇੱਕ 2000 ਦੀ ਕਿਤਾਬ ਪੈਣੀ ਆ ਪਰ ਹੱਥ 'ਚ ਫੜੀ ਵੀ ਐਂ ਲੱਗਣੀ ਆ ਵੀ ਜਿਵੇਂ ਜੇਮਸ ਬੌਂਡ ਦਾ ਹੁੰਦਾ ਜੀ ਘੈਂਟਾ ਕੰਮ ਆ ਸਾਰੀਆਂ ਬੁੱਕਸ ਵਗੈਰਾ ਪਈਆਂ ਨੇ ਇਹਨਾਂ ਦੀਆਂ ਨੋਟਬੁੱਕਸ ਕਹਿ ਲਈ ਬੁੱਕਸ ਨਹੀਂ ਹਾਂਜੀ ਡਾਇਰੀਜ਼ ਕਹਿ ਸਕਦੇ ਹੋ ਜੀ ਇਹਨਾਂ ਨੂੰ ਡਾਇਰੀਜ਼ ਕਹਿ ਸਕਦੇ ਹਾਂ ਅਤੇ ਇਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਮੈਂ ਦਿਖਾ ਦਿਆਂ ਆਹ ਚੀਜ਼ ਇਹ ਅਫੀਸ਼ੀਅਲੀ ਯੂਜ਼ ਅਫੀਸ਼ੀਅਲੀ ਲਈ ਆ ਜੋ ਡਾਕੂਮੈਂਟਸ ਲਈ ਇਹਦੇ ਵਿੱਚ ਕਸਟਮਾਈਜ਼ ਕਰਾ ਸਕਦੇ ਹੋ ਕੁਝ ਵੀ ਕਸਟਮਾਈਜ਼ ਕਰ ਸਕਦੇ ਹੋ ਉਹਦੇ ਵਿੱਚ ਜੀ ਔਰ ਜਿੰਨੀਆਂ ਜੇਬਾਂ ਲਗਾਉਣ ਕਰਨੀਆਂ ਨੇ ਜਿੱਦਾਂ ਕ੍ਰੈਡਿਟ ਕਾਰਡਸ ਹੀ ਅਸੀਂ ਲਾਈਆਂ ਹੋਈਆਂ ਨੇ ਹੈਨਾ ਇਹ ਤੁਸੀਂ ਜ਼ਿਆਦਾ ਚਾਹੁੰਦੇ ਹੋ ਇਹਨਾਂ ਨੂੰ ਵਧਾ ਸਕਦੇ ਹਾਂ ਅਸੀਂ ਜਿਹੜੀਆਂ ਜਗ੍ਹਾ ਵੈ ਇਹ ਫੋਟੋਜ਼ ਵਾਸਤੇ ਲਗਾਇਆ ਹੋਇਆ ਇਹਨੂੰ ਚਾਹੁੰਦੇ ਹੋ ਜ਼ਿਆਦਾ ਵਧਾ ਸਕਦੇ ਹਾਂ ਕੁਝ ਵੀ ਇਹਦੇ ਤੁਸੀਂ ਕਸਟਮਾਈਜ਼ ਕਰਨਾ ਚਾਹੁੰਦੇ ਹੋ ਕਰ ਸਕਦੇ ਹਾਂ ਜਿਵੇਂ ਦਾ ਕਹਿਣਗੇ ਨਮੂਨਾ ਇਹਨਾਂ ਨੇ ਪਾ ਦੇਣਾ ਜੀ ਕਿਹੜਾ ਕੋਈ ਹਿਸਾਬ ਲੈਣਾ ਆਪ ਹੀ ਡਿਜ਼ਾਈਨ ਕਰਨਾ ਇਹਦੇ ਵਿੱਚ ਈਵਨ ਤੁਸੀਂ ਕਲਰ ਵੀ ਕੋਈ ਵੀ ਜੋ ਸਾਨੂੰ ਕਹੋਗੇ ਅਸੀਂ ਕਲਰ ਵੀ ਤੁਹਾਨੂੰ ਕਸਟਮਾਈਜ਼ ਕਰਕੇ ਦਵਾਂਗੇ ਕੁੱਲ ਮਿਲਾ ਕੇ ਤੁਹਾਡੇ ਸਾਹਮਣੇ ਇਸ ਵਕਤ ਯੂਰਪ ਦਾ ਟੈਕਨੀਸ਼ੀਅਨ ਤੇ ਡਿਜ਼ਾਈਨਰ ਲੈਦਰ ਦੇ ਵਿੱਚ ਤੇ ਐਕਸਪਰਟ ਬੰਦਾ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਦੇ ਵਿੱਚ ਕੋਈ ਹੋਰ ਹਜੇ ਤੱਕ ਨਹੀਂ ਸਾਨੂੰ ਮਿਲਿਆ ਤੇ ਆਹ ਸੈਂਡਲਸ ਵੀ ਹੋ ਗਏ ਹੈ ਨਾ ਹਾਂਜੀ ਲੈਦਰ ਦਾ ਸਲਿੱਪਰ ਆ ਗਿਆ ਜੀ ਸਲਿੱਪਰਸ ਆ ਗਏ ਤੇ ਇੱਕ ਤੁਹਾਡੇ ਕੋਲ ਸੀਗਾ ਵੀ ਇੱਥੇ ਆਪਸ਼ਨ ਚੇਂਜ ਕਰਾਉਣੀ ਹੈ ਉਹ ਵੀ ਤੁਸੀਂ ਕਰ ਦਿੰਦੇ ਹੋ ਸਕਦੇ ਹੋ ਜਿੱਦਾਂ ਆਪਸ਼ਨਸ ਕਾਫੀ ਨੇ ਜੀ ਜਿੱਦਾਂ ਇਹਦੇ ਵਿੱਚ ਅਸੀਂ ਸਿੰਗਲ ਯੂਜ਼ ਕੀਤਾ ਹੋਇਆ ਸਿੰਗਲ ਜੀ ਤੇ ਇੱਥੇ ਕਿਸੇ ਵੀ ਸ਼ੂਜ਼ ਤੇ ਤੁਸੀਂ ਇਦਾਂ ਕਰਵਾ ਸਕਦੇ ਹੋ ਹਾਂਜੀ ਕਿਸੇ ਤੇ ਵੀ ਕਰ ਸਕਦੇ ਹਾਂ ਜੀ ਗੋਲਡ ਲਵਾ ਲਓ ਸਿਲਵਰ ਲਵਾ ਲਓ ਜਿੱਦਾਂ ਇਹਦੇ ਅਲੱਗ ਡਿਜ਼ਾਈਨ ਆ ਗਿਆ ਜੀ ਅਲੱਗ ਅਲੱਗ ਨਹੀਂ ਜਿਵੇਂ ਆ ਹੋ ਗਈ ਹੈ ਨਾ ਆ ਹੋ ਗਿਆ ਜੀ ਬਿਲਕੁਲ ਜੀ ਬਿਲਕੁਲ ਅਸੈਸਰੀਜ਼ ਕਹਿ ਲਈਏ ਅਸੈਸਰੀਜ਼ ਨੇ ਜੀ ਤੁਸੀਂ ਕੋਈ ਵੀ ਚਾਹੇ ਸ਼ੂ ਦੇ ਉੱਤੇ ਕਰਾਓ ਅਸੈਸਰੀ ਚੇਂਜ ਆਪਣੀ ਚਾਹੇ ਜਿਹੜੀ ਮਰਜ਼ੀ ਚੀਜ਼ ਉੱਤੇ ਕਰਾਓ ਬਿਲਕੁਲ ਜਿਵੇਂ ਕਾਰ ਦੇ ਵਿੱਚ ਨਾ ਅਸੈਸਰੀ ਫਿੱਟ ਕਰਾਉਂਦੇ ਹੋਵੇਂ ਤੁਸੀਂ ਹੁਣ ਜੁੱਤੀਆਂ 'ਚ ਵੀ ਕਰਾ ਸਕਦੇ ਹੋ ਜੀ ਕਰਾ ਸਕਦੇ ਇਦੋਂ ਬਾਅਦ ਚਾ ਵੈਪਨਸ ਦੇ ਭਰਾ ਕਿਉਂਕਿ ਹਰ ਬੰਦੇ ਕੋਲ ਨਾ ਵੈਪਨਸ ਅਲੱਗ ਅਲੱਗ ਤਰ੍ਹਾਂ ਦੇ ਨੇ ਹਾਂਜੀ ਹਾਂਜੀ ਉਸ ਅਕੋਰਡਿੰਗ ਮਹਿੰਗੇ ਵੈਪਨ ਅਕੋਰਡਿੰਗ ਕੁਝ ਵੀ ਕਰਾ ਸਕਦੇ ਹੋ ਜੀ ਹਾਂ ਬਿਲਕੁਲ ਹੈ ਭਾਵੇਂ ਬੈਬਲੇ ਦਾ ਕਰਾ ਲਓ ਤੇ ਭਾਵੇਂ ਕੋਈ ਵੀ ਭਾਵੇਂ ਦੁਨਾਲੀ ਦਾ ਕਵਰ ਚਾਹੀਦਾ ਤੁਹਾਨੂੰ ਦੁਨਾਲੀ ਦਾ ਵੀ ਮਿਲੇਗਾ ਕੋਈ ਵੀ ਆ ਸਾਰੇ ਵੈਪਨਸ ਦੇ ਕਵਰ ਇਦਾਂ ਵੀ ਮਿਲ ਜਾਣਗੇ ਇਹਦੇ ਵਿੱਚ ਜਿਹੜੇ ਅਸੀਂ ਅਸੈਸਰੀਜ਼ ਯੂਜ਼ ਕੀਤੀਆਂ ਹੋਈਆਂ ਨੇ ਇਹ ਸਾਰਾ ਗਨ ਮੈਟਲ ਹੈ ਇਹ ਪਲਾਸਟਿਕ ਨਹੀਂ ਇਹ ਟੁੱਟੇਗਾ ਨਹੀਂ ਜੇ ਪਲਾਸਟਿਕ ਨਹੀਂ ਗਾ ਇਹ ਸਾਰਾ ਗਨ ਮੈਟਲ ਹੈ ਜੀ ਨਾ ਇਹਦਾ ਕਲਰ ਜਾਣਾ ਕਿਤੇ ਜੀ ਜੀ ਬਿਲਕੁਲ ਜੀ ਹੁਣ ਆਪਾਂ ਤਾਂ ਵਾਲੇ ਪਾਸੇ ਦੇਖ ਕੇ ਆਈਏ ਬ੍ਰਦਰ ਇਹਨਾਂ ਦੀ ਕੀ ਖਾਸੀਅਤ ਆ ਇਹ ਭਾਜੀ ਕਿਊਬਿਨ ਹੀਲਸ ਨੇ ਆ ਵਾਲੀਆਂ ਜਿਹੜਾ ਕਈਆਂ ਦੀ ਹਾਈਟ ਛੋਟੀ ਹੁੰਦੀ ਹੈ ਇਹ ਅਪਰੋਕਸੀਮੇਟਲੀ ਜਿਹੜੀ ਇਹਦੀ ਹੀਲ ਹੈਗੀ ਹੈ ਉਹ 2.5 ਇੰਚ ਦੀ ਹੈ ਜੀ ਜੀ ਮਕੱਦ ਵੱਡਾ ਕਰਨ ਦੀ ਦਵਾਈ ਹੈ ਕੱਦ ਵੱਡਾ ਕਰਨ ਦੀ ਦਵਾਈ ਵੀ ਕਹਿ ਸਕਦੇ ਇਹ ਵੀ ਕ੍ਰੋਕੋਡਾਈਲਸ ਦੇ ਵਿੱਚ ਬਣਿਆ ਹੋਇਆ ਕ੍ਰਸਟ ਲੈਦਰ ਹੈ ਵਾਲਾ ਜੀ ਜੀ ਬਿਲਕੁਲ ਕੱਦ ਵੱਡਾ ਉਹ ਤਾਂ ਵਧਣਾ ਨਹੀਂ ਹੁੰਦਾ ਉੱਚਾ ਉੱਚਾ ਪਾ ਕੇ ਇਦਾਂ ਹੀਲ ਪਾ ਕੇ ਵਧਾ ਸਕਦੇ ਹੋ ਪਰ ਘੈਂਟ ਲੱਗੂਗਾ ਜੈਨੂਇਨ ਲੱਗੂਗਾ ਜੈਨੂਇਨ ਲੱਗੇਗਾ ਜੀ ਜੀ ਬਿਲਕੁਲ ਮੇਰਾ ਗੱਲ ਨਹੀਂ ਆ ਆ ਦੇਖੋ ਇਹ ਡਿਜ਼ਾਈਨ ਪਏ ਆ ਵੱਖਰੇ ਇਹ ਵੀ ਤੁਸੀਂ ਕਸਟਮਾਈਜ਼ ਕਰ ਸਕਦੇ ਹੋ ਆਪਣੀ ਮਰਜ਼ੀ ਨਾਲ ਜੀ ਕੋਈ ਵੀ ਕਲਰ ਕ੍ਰੋਕੋਡਾਈਲਸ ਵਿੱਚ ਚਾਹੁੰਦੇ ਹੋ ਸਨੇਕਸ ਵਿੱਚ ਚਾਹੁੰਦੇ ਹੋ ਦੇਖੋ ਦਰਸ਼ਕੋ ਆਹ ਵੀ ਪਿਆ ਦੇਖੋ ਡਿਜ਼ਾਈਨ ਵੱਖਰੇ ਲੈ ਆ ਲੈਦਰ ਦੇਖੋ ਬੋਲ ਤੱਕ ਨਾ ਲੈਦਰ ਇਹ ਵੀ ਸਾਰਾ ਹੈਂਡਮੇਡ ਹੈ ਹੈਂਡਮੇਡ ਹੈ ਲੈਦਰ ਦਾ ਸ਼ੂਗਾ ਹਾਂਜੀ ਇਹ ਸੌਫਟ ਬਹੁਤ ਆ ਹਾਂਜੀ ਇਹ ਪਿਓਰ ਲੈਦਰ ਦੇ ਵਿੱਚ ਨੇ ਜੀ ਸਾਰੇ ਹੈਗੇ ਤਾਂ ਸਾਰੇ ਪਿਓਰ ਦੇ ਵਿੱਚ ਨੇ ਜੀ 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 ਨਰਮ ਤੇ ਆਹ ਦੇਖੋ ਆ ਬਲੂ ਸ਼ੇਡ ਬਲੂ 'ਚ ਵੀ ਮਿਲ ਜੂਗਾ ਹਾਂਜੀ ਕੋਈ ਹੋਰ ਕਲਰ ਚਾਹੁੰਦਾ ਤਾਂ ਉਹ ਵੀ ਮਿਲ ਜਾਣਗੇ ਹਾਂਜੀ ਹਾਂਜੀ ਕਲਰ ਕੋਈ ਵੀ ਕਸਟਮਾਈਜ਼ ਕਰ ਸਕਦੇ ਹੋ ਬਲੂ ਗ੍ਰੇ ਵਾਈਨ ਕੋਈ ਵੀ ਕਲਰ ਤੁਹਾਨੂੰ ਚਾਹੀਦਾ ਹੈ ਬਿਲਕੁਲ ਬਿਲਕੁਲ ਦੇਖੋ ਦਰਸ਼ਕੋ ਲੇਡੀਜ਼ ਪਰਸ ਆ ਗਏ ਇਹ ਸਾਰੀ ਪਿਓਰ ਲੈਦਰ ਦੇ ਬਣੇ ਹੋਏ ਆ ਜਿਹੇ ਜਿਹਾ ਮਰਜ਼ੀ ਰੰਗ ਕਹੋ ਉਹੋ ਜਿਹਾ ਰੰਗ ਬਣਾ ਦੇਣਗੇ ਸਾਰੇ ਇਹ ਲੈਦਰ ਦੇ ਵੀਰ ਜੀ ਇਹ ਜੋ ਡਿਜ਼ਾਈਨਿੰਗ ਇਹ ਵੀ ਤੁਹਾਡੀ ਆਪਣੀ ਹੋਈ ਆ ਹਾਂਜੀ ਸਰ ਆਪਣਾ ਡਿਜ਼ਾਈਨ ਕੀਤਾ ਹੋਇਆ ਜੀ ਮੇਰਾ ਹਾਂਜੀ ਸਰ ਆਪਦਾ ਡਿਜ਼ਾਈਨ ਕੀਤਾ ਹੋਇਆ ਜੀ ਸਰ ਸਾਰਾ ਡਿਜ਼ਾਈਨ ਜਿਵੇਂ ਆ ਯੂਨੀਕ ਡਿਜ਼ਾਈਨ ਵਾਲਾ ਜੀ ਦੇਖੋ ਵੀ ਦਰਸ਼ਕੋ ਲੈ ਇਹ ਜੇ ਪਰਸ ਲੈਦਰ 'ਚ ਪ੍ਰੋਪਰ ਲੈਦਰ ਵਿੱਚ ਨੇ ਜੀ ਇਹ ਵੀ ਤੁਸੀਂ ਕਸਟਮਾਈਜ਼ ਕਰਾ ਸਕਦੇ ਹੋ ਜਿਵੇਂ ਕੋਈ ਵੀ ਤੁਹਾਨੂੰ ਕਲਰ ਚਾਹੀਦਾ ਇਹਦੇ ਵਿੱਚ ਜੀ ਉਹ ਵੀ ਕਰਾ ਸਕਦੇ ਹੋ ਹਨਾ ਦੇਖੋ ਲੈ ਤੇ ਇਹ ਕਿੰਨੇ ਕੁ ਦਾ ਹੋਊ ਅੰਦਾਜ਼ਾ ਸਰ ਇਹ ਅਪਰੋਕਸੀਮੇਟਲੀ 5-6 ਹਜ਼ਾਰ ਦਾ ਹੋਏਗਾ 5-6 ਹਜ਼ਾਰ ਦਾ ਮਤਲਬ ਓਰੀਜਨਲ ਮਿਲਣਗੇ ਖਰਾਬ ਨਹੀਂ ਓਰੀਜਨਲ ਲੈਦਰ ਹਾਂ ਵੀ ਮੈਂ ਤਾਂ ਵਾਰ ਵਾਰ ਓਰੀਜਨਲ ਕਹਿ ਰਿਹਾ ਇਹ ਜਿਹੜੇ ਬਾਜ਼ਾਰ 'ਚ ਮਿਲਦੇ ਨਾ 700-800 ਹਜ਼ਾਰ ਵਾਲਾ ਮਤਲਬ ਉਹ ਸੋਚ ਕੇ ਨਾ ਭੋਰਾ ਕਾਇਓ ਔਰ ਐਕਸਚੇਂਜ ਹੁੰਦੀ ਹੈ ਉਹਨੂੰ ਥੋੜੇ 2-3 ਨਾਲ ਗੁਣਾ ਕਰਕੇ ਆਇਓ ਜੀ ਉਹ ਤੋਂ ਬਾਅਦ ਸਰ ਇਹਦੇ ਵਿੱਚ ਤਾਂ ਕਸਟਮਾਈਜ਼ ਅਸੀਂ ਕਰਦੇ ਹਾਂ ਸਾਡੇ ਕੋਲ ਇੱਕ ਹੋਰ ਬੜੀ ਵਧੀਆ ਆਪਸ਼ਨ ਹੈ ਲੇਡੀਜ਼ ਅੱਜ ਕੱਲ੍ਹ ਬਹੁਤ ਮੰਗਦੀਆਂ ਨੇ ਆ ਚੀਜ਼ ਜੀ ਸਰ ਅੱਜ ਜਿੱਦਾਂ ਮੈਂ J&K ਲਿਖਿਆ ਹੋਇਆ ਜੀ ਜੀ ਇਹ ਮੈਡਮ ਨੇ ਉਹਨਾਂ ਨਾਮ ਹੈ ਜਸਕਰਨ ਕੌਰ ਜੀ ਜੀ ਉਹਨਾਂ ਨੇ ਨਾਮ ਦੇ ਇਨੀਸ਼ੀਅਲਸ ਕਰਾਏ ਨੇ ਆਪਣੇ ਅੱਛਾ ਉਹਨਾਂ ਨਾਮ ਵੀ ਆਦਾ ਲਿਖਾ ਸਕਦੇ ਹੋ ਹਾਂਜੀ ਤੁਸੀਂ ਚਾਹੋ ਤਾਂ ਪੂਰਾ ਨਾਮ ਵੀ ਲਿਖਾ ਸਕਦੇ ਹੋ ਜਿੱਦਾਂ ਤੁਹਾਨੂੰ ਠੀਕ ਲੱਗੇ ਜਿੱਦਾਂ ਠੀਕ ਲੱਗੇ ਬਿਲਕੁਲ ਆ ਕਲਰ ਕੁਲਰ ਤੁਹਾਡੇ ਕੋਲ ਬਹੁਤ ਭਰਾ ਰੱਖੇ
हाँ देखो बहुत सारे डिजाइन है गोपी भरे दिखाते तुरे आओ तो आह बैग आ गया जी अपने लैपटॉप वास्ते। हाँ जी ये लैपटॉप वास्ते बैग है, लैपटॉप भी कह सकते हैं, ट्रैवलिंग बैग भी इसे कह सकते हैं जी। कुछ भी पालो। हाँ जी ये जिन्हें एक्सेसरी यूज की है प्लास्टिक्स ने गन मेटल्स ने जी सारे। अच्छा गन मेटल्स ने। हाँ जी सारा गन मेटल है ना, इन्होंने कलर जाने ने कितने तो ना ही टुटने ने। खिच तू कर लो कुल मिला के। हाँ जी हाँ जी। हाँ देखो इदा के बैग खिच तू कर लो, ये भी कलर ऑप्शन बहुत ज्यादा ने, ये भी दो कपड़े पा लो, लैपटॉप पा लो, कुछ पा लो, कुछ पा लो, कुछ पा सकते हो जो तुम ट्रैवल करना जी। तो वो बहुत किन्ने के दा उपरा है सर? 7,000 रुपये का जी। 7,000 का पर रुपये एक ही लगने तो टॉर एक बार ही लगने जी। हाँ बस तो इदू बाद आह ट्रैवलिंग बैग। हाँ जी ट्रैवलिंग बैग आ गए, डफल बैग्स ने साडे वाले, ये वड्डी भी बनवा सकते हैं छोटे भी। हाँ जी ये तुहाडे उत्ते डिपेंड है जी, तुसीं पॉकेट्स ऐड ऑन करनी है, असीं पॉकेट्स ऐड ऑन कर सकते हैं इहदे जी। जे तुहानूं लगे कि साइज वधाना है, विड्थ वधाउणी है, कुछ भी करना है, तुहाडी मर्जी नाल असीं इहनूं करके दे सकते हैं। हाँ बिल्कुल देखो आह दो डिजाइन मिल जाणगे, रंग रंग तो होर भी होणगे। हाँ जी ये दो कलर्स उदा साडे कोल कस्टमाइज पए होए ने जी, बाकी जिद्दा दा तुहानूं चाहिदा असीं बना के देवांगे। बिल्कुल बिल्कुल बहुत घेंट है कम, इक वच आह बैग भी इस टाइप दे भी होणगे, ਇਹ ਚ ਵੀ ਲੈਪਟਾਪ ਯੂ ਪਾ ਸਕਦੇ ਹਾਂ ਜੀ। ਕੱਪੜਾ ਇਹ ਬੇਸਿਕਲੀ ਲੈਪਟਾਪ ਬੈਗ ਹੀ ਹੈ ਜੀ ਵਾਲਾ। ਅੱਛਾ ਬੇਸਿਕਲੀ ਇਹ ਆ, ਪਰ ਕੁਛ ਵੀ ਪਾ ਸਕਦੇ ਜਦੋਂ ਬਣ ਹੀ ਗਿਆ ਇੱਕ ਡਿਜ਼ਾਈਨ ਇਹਨਾਂ ਕੋਲ ਆ। ਪੈਸਾ ਜਾਣਗੇ ਜੀ ਇੱਕ ਕੈਟ ਬੈਗ ਕਹਿੰਦੇ ਨੇ। ਹਾਂ ਜੀ ਬੈਕ ਪੈਕ ਹੈ, ਜਦੋਂ ਛੋਟਾ ਮੋਟਾ ਟਰੈਵਲ ਕਰਨਾ ਤੁਸੀਂ ਇੱਕ ਲੈਪਟਾਪ ਦੀ ਜਗ੍ਹਾ ਤੇ ਕੱਪੜੇ ਦੀ ਜਗ੍ਹਾ ਹੈਗੀ ਹੈ ਤੇ ਜੀ ਜੀ ਕੁਛ ਵੀ ਪਾ ਸਕਦੇ ਹੋ ਦਰਸ਼ਕੋ। ਇਦੋਂ ਬਾਅਦ ਚ ਆਪਾਂ ਦਿਖਾ ਦਿਆਂਗੇ ਤੁਹਾਨੂੰ ਆਹ ਇਹ ਸਰ ਸਾਈਡ ਬੈਗ ਹੈ, ਇਹ ਬਣਿਆ ਹੋਇਆ ਆਇਲ ਪੁਲ ਅਪ ਦੇ ਵਿੱਚ ਜੀ ਜੀ। ਇਹ ਕੀ ਹੈ ਜਿਹੜਾ ਕਾਊ ਦੀ ਸਕਿਨ ਹੁੰਦੀ ਹੈ, ਅਸੀਂ ਉਹਦੇ ਵਿੱਚ ਆਇਲ ਨਹੀਂ ਕੱਢਿਆ ਹੁੰਦਾ। ਇਹ ਦੇਖੋ ਜਿੱਦਾਂ ਕਲਰ ਚੇਂਜ ਕਰੇਗਾ ਤੁਸੀਂ ਇੱਥੋਂ ਦੇਖ ਰਹੇ ਹੋ, ਬਰਾਊਨ ਕਲਰ ਹੈ ਜੀ। ਇਹਨੂੰ ਮੈਂ ਦਬਾਵਾਂਗਾ ਜੀ, ਇਹਦਾ ਕਲਰ ਚੇਂਜ ਹੋ ਜਾਏ। ਕਲਰ ਚੇਂਜ ਹੁੰਦਾ ਮਤਲਬ ਜਦੋਂ ਵੀ ਇਹਨਾਂ ਧੱਕੇਸ਼ਾਹੀ ਹੋਊਗੀ ਕੁਛ ਹੋਊਗਾ, ਜਿੰਨੀ ਧੱਕੇਸ਼ਾਹੀ ਹੋਏਗੀ ਜੇ ਕਲਰ ਚੇਂਜ ਹੋਏਗਾ ਉਨਾ ਹੀ ਵਧੀਆ ਬਣਨਾ, ਉਨਾ ਹੀ ਵਧੀਆ ਬਣਨਾ ਜੀ। ਜੇ ਇਹਦੇ ਵਿੱਚ ਆਹ ਆ ਗਏ ਭਰਾ ਜੀ, ਇਹ ਆਪਾਂ ਕਹਿੰਦੇ ਨੇ ਸਾਈਡ, ਇਹ ਵੀ ਸਾਈਡ ਬੈਗ ਹੈ, ਇੱਥੋਂ ਤੁਸੀਂ ਪਾ ਸਕਦੇ ਹੋ ਜੀ। ਇੱਕ ਤਰੀਕਾ ਚੈਸਟ ਬੈਗ, ਹਾਂ ਜੀ ਵੇਸਟ ਬੈਗ ਵੀ ਕਹਿ ਸਕਦੇ ਆ ਜੀ ਇਹਨੂੰ ਆਪਾਂ। ਦੇਖੋ ਲੈ ਆਹ ਜੀ, ਇਹ ਵੀ ਸਾਰੇ ਓਰੀਜਨਲ ਹੀ ਆ ਦਰਸ਼ਕੋ, ਜੀ ਸਾਰੇ ਓਰੀਜਨਲ ਲੈਦਰ ਦੇ ਵਿੱਚ ਨੇ ਜੀ। ਬੇਗੋਚ ਇਹਨਾਂ ਦੇ ਆਪਦਾ ਬ੍ਰਾਂਡ ਆ, ਇੰਗਲੈਂਡ ਚੋਂ ਪੜ੍ਹਾਈ ਕਰਕੇ ਆਏ ਆ, ਫੇਰ ਕਿਤੇ ਜਾ ਕੇ ਗੱਲ ਬਣੀ ਆ, ਕੋਈ ਇਹ ਨਹੀਂਗਾ ਵੀ ਉਈ ਬਸ ਇੱਥੋਂ ਚੱਕਿਆ ਸਮਾਨ ਤੇ ਫਿੱਟ ਕਰਤਾ, ਆਹ ਮਾਰਿਓ ਨਿਗਾ ਆਹ ਦੇ ਕਿੱਡੀ ਕਿੱਡੀ ਵਰਾਇਟੀ ਤਕੜੀ ਪਈ ਆ ਇਹਨਾਂ ਕੋਲੇ। ਇੱਧਰਲੇ ਦਿਖਾਉਂਦੇ ਆ ਵੀ ਆਹ ਜੈਂਟਸ ਵਾਸਤੇ ਵੀ ਜੀ ਆ ਗਏ, ਇਹ ਆ ਗਏ ਇਹ ਸਾਈਡ ਬੈਗਸ ਨੇ ਜੀ, ਜੈਂਟਸ ਸਾਈਡ ਬੈਗ ਆ ਗਏ। ਆਹ ਦੇਖੋ ਇਹਦੇ ਚ ਵਰਾਇਟੀ ਤੁਹਾਨੂੰ ਬਹੁਤ ਮਿਲ ਜਾਣੀ ਆ, ਤੇ ਇਦੋਂ ਬਾਅਦ ਚਾ ਲੇਡੀਜ਼ ਦੇ ਹੋਰ ਆ ਗਏ ਆਹ ਨਿੱਕੇ ਨਿੱਕੇ ਜੇ, ਹਨਾ ਇਹ ਵੀ ਲੇਡੀਜ਼ ਹੀ ਆ ਸਾਰੇ। ਹਾਂਜੀ ਵੀ ਲੇਡੀਜ਼ ਆ ਜੀ। ਆਹ ਵੱਡੀਆਂ ਵੱਡੀਆਂ ਚਿੰਨਾਂ ਵਾਲੇ ਤੁਹਾਨੂੰ ਮਿਲ ਜਾਣਗੇ ਇਹ ਜੇ, ਦੇਖੋ ਲੈ ਕਿਉਂ ਅੱਜ ਕਈਆਂ ਦੇ ਘਰਾਂ ਦੇ ਵਿੱਚ ਲੜ ਪੈਣਾ, ਕਈਆਂ ਨੇ ਵੀ ਸਾਨੂੰ ਬੈਗ ਇੱਥੋਂ ਲਿਆ ਕੇ ਦੇ। ਬਿਲਕੁਲ ਜੀ। ਅਤੇ ਆਹ ਵੀ ਵਰਾਇਟੀ ਤੁਹਾਡੇ ਕੋਲ, ਡਿਜ਼ਾਇਨਿੰਗ ਬਹੁਤ ਯੂਨੀਕ। ਆਹ ਦੇਖੋ ਲੈ ਆਹ ਡਿਜ਼ਾਇਨ, ਇਹ ਤੁਹਾਡਾ ਹੀ ਆਪਣਾ ਡਿਜ਼ਾਇਨ ਜੀ? ਹਾਂਜੀ ਮੇਰਾ ਆਪਣਾ ਕਿਤਾ ਟ੍ਰਾਇੰਗਲ ਹੈ, ਟ੍ਰਾਇੰਗਲ ਦੇ ਵਿੱਚ ਮੈਂ ਕਹਿੰਦਾ ਇਹ ਹੈ ਨਹੀਂ ਆਮ ਜੀ, ਨੋਰਮਲੀ ਨਹੀਂ ਹੈ ਨਹੀਂ ਗਾ ਕਿਸੇ ਕੋਲ ਡਿਜ਼ਾਇਨ ਇਹ। ਦੇਖੋ ਲੈ ਇਹ ਜੇ ਡਿਜ਼ਾਇਨ ਦੇ ਵਿੱਚ ਪਰਸ ਮਿਲਣਗੇ ਤੁਹਾਨੂੰ, ਤਿਕੋਣ ਦੇ ਵਿੱਚ ਕਾਫੀ ਵਰਾਇਟੀ ਪਈ ਆ। ਆਹ ਵੀ ਸਾਰੇ ਲੈਦਰ ਦੇ ਵਿੱਚ ਹੀ ਆ, ਕਲਰ ਆਪਸ਼ਨਸ ਵੀ ਕਾਫੀ ਆ, ਕਲਰ ਆਪਸ਼ਨਸ ਕਾਫੀ ਨੇ ਜੀ ਸਾਡੇ ਕੋਲ, ਤਕਰੀਬਨ 45 ਤੋਂ 50 ਕਲਰਸ ਹੋਣਗੇ ਲੈਦਰ ਦੇ ਵਿੱਚ ਸਾਡੇ ਕੋਲ ਜੀ ਜੀ। ਦੇਖੋ ਆਹ ਦਰਸ਼ਕੋਲ, ਜੇ ਤੁਹਾਨੂੰ ਕੋਈ ਅਲੱਗ ਰੰਗ ਚਾਹੀਦਾ ਤੁਸੀਂ ਸਾਨੂੰ ਦੱਸ ਸਕਦੇ ਹੋ, ਅਸੀਂ ਸੇਮ ਬਣਾ ਕੇ ਵੀ ਦੇਵਾਂਗੇ। ਇਹ ਰੰਗ ਲੈਂਦਾ ਤਾਂ ਨਹੀਂ ਜਿਵੇਂ ਫਿਰ? ਨਹੀਂ ਜੀ ਕਲਰ ਬਿਲਕੁਲ ਨਹੀਂ ਨੱਥੇਗਾ ਜੀ, ਕਲਰ ਬਿਲਕੁਲ ਨਹੀਂ ਨੱਥੇਗਾ ਬਿਲਕੁਲ। ਦੇਖੋ ਦਰਸ਼ਕੋ ਇਹ ਜਿਹੀਆਂ ਵਰਾਇਟੀਆਂ ਤੁਹਾਨੂੰ ਇੱਥੋਂ ਮਿਲ ਜਾਣੀਆਂ, ਜਲੰਧਰ ਦੇ ਵਿੱਚ ਮਾਡਲ ਟਾਊਨ ਕੈਪਸ਼ਨਸ ਦੇ ਸਾਹਮਣੇ ਜੀ, ਕੈਪਸ਼ਨ ਬਰਗਰ ਕਿੰਗ ਦੇ ਨਾਲ, ਬਰਗਰ ਕਿੰਗ ਦੇ ਨਾਲ ਜੀ, ਮਾਡਲ ਟਾਊਨ ਤੇ ਬਗੋਜ ਬ੍ਰਾਂਡ ਜਿੱਥੋਂ ਮਰਜ਼ੀ ਪੁੱਛ ਲਿਓ, ਫੋਟੋ ਖਿੱਚ ਕੇ ਲੈ ਆਓ, ਆਪਣਾ ਹਾਂ ਕੁਛ ਵੀ ਲੈ ਆਓ, ਤੁਸੀਂ ਦੱਸ ਦਿਓ ਵੀਡੀਓ ਦੇਖ ਕੇ ਆਇਆ ਤਾਂ ਤੁਹਾਡਾ ਮਾਣ ਤਾਣ ਬਿਲਕੁਲ ਜੀ ਬਿਲਕੁਲ ਕਰ ਦੇਣਗੇ, ਡਿਸਕਾਊਂਟ ਕਰ ਦੇਣਗੇ, ਕਹਿ ਦਿਓ ਵੀ ਵੀਡੀਓ ਦੇਖ ਕੇ ਆਏ ਹਾਂ। ਦਰਸ਼ਕੋ ਸ਼ੇਅਰ ਵਾਲਾ ਕੰਮ ਲਾਜ਼ਮੀ ਕਰ ਦਿਓ, ਪੰਜਾਬੀ ਭਰਾ ਨੇ ਬੜੀ ਮਿਹਨਤ ਦੇ ਨਾਲ ਯੂਰਪ 'ਚੋਂ ਪੜ੍ਹਾਈ ਕਰਕੇ ਕੰਮ ਤੋਰਿਆ ਵਾ, ਉਹ ਵੀ ਓਰੀਜਨਲ ਇੱਕ ਨੰਬਰ ਦੇ ਵਿੱਚ, ਅਤੇ ਆਪਣਾ ਕੰਮ ਫਰਜ਼ ਕੀ ਬਣਦਾ ਵਾ, ਵੀਡੀਓ ਨੂੰ ਸ਼ੇਅਰ ਕਰੀਏ ਹੋਰਾਂ ਤੱਕ ਪਹੁੰਚੇ। ਦੂਜੀ ਗੱਲ ਆ, ਜੇ ਲੋੜ ਆ ਤਾਂ ਲਾਜ਼ਮੀ ਇੱਥੇ ਵਿਜ਼ਿਟ ਕਰੋ, ਇੱਕ ਨੰਬਰ ਦੇ ਵਿੱਚ ਚੀਜ਼ ਮਿਲੂਗੀ। ਬ੍ਰਦਰ ਤੁਹਾਨੂੰ ਫਿਰ ਤੋਂ ਮੁਬਾਰਕਾਂ, ਸ਼ੁਕਰੀਆ। ਅਤੇ ਮੈਂ ਕਹਿੰਦਾ ਵੀ ਦਿਲ ਨਾਲ ਛੱਡੋ, ਲੱਗੇ ਰਹੋ, ਸ਼ੁਕਰੀਆ। ਤੁਹਾਡੀ ਅਸੀਂ ਉਮੀਦ ਰੱਖਾਂਗੇ ਸਾਰਿਆਂ ਜ਼ਿਲ੍ਹਿਆਂ ਦੇ ਵਿੱਚ ਫਰੈਂਚਾਈਜ਼ੀਆਂ ਤੁਹਾਡੀਆਂ ਹੋਣ, ਸ਼ੁਕਰੀਆ। ਅਤੇ ਬਗੋਜ ਬ੍ਰਾਂਡ ਬਣੇ, ਸ਼ੁਕਰੀਆ। ਸੋ ਦਰਸ਼ਕੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ, ਧੰਨਵਾਦ।